अर्जन देव गुरु जपियो जीव अर्जन देव गुरु फिर संकट जो तरफ
Stop.
इस प्रसाद सब जगत सो जननी जिन गुरु जन
धन पिता धन धन कुल धन धन सो जननी जिन गुरु जनिया मारे सत धरती पई हरियाप जी जिथे मेरा सतगुरु बैठा है ये ओही धरती जिथे धन गुरु महाराज ने जगत नारण लिये प्रकाश लिया कल रामदास गुरु रामदास जी के घर जोत प्रगति हुई रामदास गुरु जग धारण को दुर्जोत अर्जुन माहे तरी बड़े भागे हो आप सब संगत जो इतों की चरण धरूर मस्तक लाने लिये हाजिर हुई हो श्री अमृतसर साहब तो गुरु रामदास जी की प्रेरणा नाल साडा चिर हर साल बड़े चाव मलार चाहता है कि असी इस धरती से जाके नतमस्तक होइए अमृतसर की छोटी जी संस्था शब्द कीर्तन नाम सुनी सत्संग अज अमृत वेले आए सुखमनी सिंह के पाठ गुरुद्वारा गुरु साहब होए उपरा सतगुरों के अखंड पाठ सिर के भोग उपरा कीर्तन दिया हाजरियाँ आप प्रभु रवि संत के दर्शन अंजाण बच्चे आंदा भुला कर जाने हाँ संगत परमेश्वर जिमा करे जी भुला माफ करो समूह संत हार्दिक बधाइया फतेह का जवाब दो वाहगुरु जी का खालसा वाहगुरु जी की फतेह। सपने जन्म धन आज को दिवस
ਵਾਹਿਗੁਰੂ ਜੀ ਵਾਹਿਗੁਰੂ ਜੀ ਸਖੀ ਆਓ ਸਖੀ ਵਸ ਆਓ ਸਖੀ ਸਖੀ ਆਓ ਸਖੀ I'm not afraid.
Yeah.
Ah.
ਸਾਹਿਬ ਸਨ। ਸਾਡੇ ਕੋਲ ਇਹਨਾਂ ਮਹਾਂਪੁਰਖਾਂ ਦੇ ਨਾਲ ਅਤਿ ਸਤਿਕਾਰਯੋਗ ਮਹਾਂਪੁਰਖ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਉਹ ਸਾਡੇ ਕੋਲ ਪਹੁੰਚੇ ਨੇ। ਉਹਨਾਂ ਦਾ ਵਿਹਾਰ ਦੇ ਤੌਰ 'ਤੇ ਧੰਨਵਾਦ ਦੇ ਤਹਿ ਦਿਲੋਂ ਧੰਨਵਾਦ ਦੇ। ਉੱਥੇ ਜੋ ਚੈਨਲ ਵਾਲੇ ਵੀਰ ਇਹ ਸਾਰਾ ਲਾਈਵ ਚੈਨਲ ਪ੍ਰੋਗਰਾਮ ਕਵਰ ਕਰ ਰਹੇ ਨੇ, ਭਾਈ ਨਿਸ਼ਾਨ ਸਿੰਘ ਜੀ ਜੌਲ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਦੇ। ਉੱਥੇ ਭਾਈ ਪਰਮਜੀਤ ਸਿੰਘ ਜੀ ਪੰਛੀ ਜਗਬਾਣੀ ਅਖਬਾਰ ਦੇ ਪੱਤਰਕਾਰ ਉਹ ਵੀ ਸਾਡੇ ਕੋਲ ਪਹੁੰਚੇ ਨੇ। ਉਹਨਾਂ ਦਾ ਵੀ ਹਾਰਦਿਕ ਤੌਰ 'ਤੇ ਧੰਨਵਾਦ ਦੇ। ਸਮੂਹ ਸਾਧ ਸੰਗਤ ਦਾ ਧੰਨਵਾਦ ਦੇ ਜੋ ਆਪ ਜੀ ਸਵੇਰ ਵੇਲੇ ਤੋਂ ਹੀ ਸੰਗਤ ਦੇ ਅੰਦਰ ਸੱਜ ਕਰਕੇ ਬੈਠੇ ਜੇ ਅਤੇ ਆਏ ਹੋਏ ਵਿਦਵਾਨਾਂ ਦੇ ਕੋਲੋਂ ਗੁਰਬਾਣੀ ਗੁਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਨੇ। ਮੈਂ ਪਹਿਲਾਂ ਵੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਜਿੱਥੇ ਆਪ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਪਰ ਨਤਮਸਤਕ ਹੋਣ ਵਾਸਤੇ ਆਏ ਜੀ, ਆਪ ਜੀ ਨੇ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਉਹ ਕਿਰਪਾ ਕਰਕੇ ਆ ਕੇ ਸੰਗਤ ਵਿੱਚ ਸਜੋ, ਤਾਂ ਜੋ ਕਿ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਰੋਡੇ ਉਹਨਾਂ ਦੇ ਵੱਲੋਂ ਜਿਹੜਾ ਉਦਮ ਉਪਰਾਲਾ ਕਰਕੇ ਵੱਖ ਵੱਖ ਬੁਲਾਰਿਆਂ ਨੂੰ ਆਪ ਜੀ ਦੇ ਮੁਬਾਰਕ ਹੋਣ ਵਾਸਤੇ ਬੇਨਤੀਆਂ ਕੀਤੀਆਂ ਨੇ। ਉਹਨਾਂ ਬੁਲਾਰਿਆਂ ਦੇ ਆਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਸੰਗਤ ਵੀ ਅੱਗੇ ਹੋਵੇਗੀ। ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਆ ਕਰਕੇ ਦੀਵਾਨ ਦੇ ਅੰਦਰ ਸੱਜੋ, ਆਏ ਹੋਏ ਵਿਦਵਾਨਾਂ ਦੇ ਕੋਲੋਂ ਗੁਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੋ ਜੀ। ਹੁਣ ਮੈਂ ਅਦਬ ਸਤਿਕਾਰ ਦੇ ਨਾਲ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਕਥਾਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਅੱਧੇ ਘੰਟੇ ਵਾਸਤੇ ਆਪ ਸੰਗਤਾਂ ਦੇ ਰੂਬਰੂ ਹੋਣਗੇ। ਭਾਈ ਗੁਰਪ੍ਰੀਤ ਸਿੰਘ ਜੀ ਕਥਾਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਤੋਂ ਬਾਅਦ ਗਿਆਨੀ ਭਗਵੰਤ ਸਿੰਘ ਸੂਰਵਿੰਡ ਉਹਨਾਂ ਦਾ ਕਵੀਸ਼ਨ ਜਥਾ ਸਾਡੇ ਕੋਲ ਪਹੁੰਚਣ ਵਾਲਾ ਹੈ, ਉਹਨਾਂ ਨੇ ਵੀ ਆਪ ਸੰਗਤਾਂ ਦੇ ਮੁਖਾਤਬ ਹੋਣਾ ਹੈ। ਹੁਣ ਭਾਈ ਗੁਰਪ੍ਰੀਤ ਸਿੰਘ ਜੀ ਕਥਾਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਅੱਧੇ ਘੰਟੇ ਵਾਸਤੇ ਗੁਰ ਇਤਿਹਾਸ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਮਸਕਾਰ ਗੁਰਦੇਵ ਕਉ, ਸਤਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ, ਜਨਮ ਮਰਨ ਭਉ ਕੱਟਿਆ, ਸੰਸਾਰ ਰੋਗ ਵਿਯੋਗ ਮਿਟਾਇਆ, ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ, ਜਮ ਦੰਡ ਸਿਰੋਂ ਨਾ ਉਤਰੈ, ਸਾਕਤ ਦੁਰਜਨ ਜਨਮ ਗਵਾਇਆ, ਚਰਨ ਗਹੇ ਗੁਰਦੇਵ ਦੇ ਸਤ ਨਾਮ ਦੇ ਮੁਕਤ ਕਰਾਇਆ, ਭਾਓ ਭਗਤ ਗੁਰਪੁਰਬ ਕਾਰ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਜੇਹਾ ਪੀਓ ਤੇਹਾ ਫਲ ਪਾਇਆ, ਜੇਹਾ ਪੀਓ ਤੇਹਾ ਸਾਹਿਬ ਮਹਾਰਾਜ ਸ਼ਬਦ ਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੋਭਨੀਕ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ, ਸਾਡੇ ਗਰੀਬਾਂ ਦੇ ਸੱਚਮੁੱਚ ਅਤਿਅੰਤ ਵੱਡੇ ਭਾਗ ਜਾਗੇ ਨੇ। ਜਿਵੇਂ ਮਹਾਂਪੁਰਖਾਂ ਸਤਿਪੁਰਖਾਂ ਨੇ ਆਪ ਜੀ ਦੇ ਨਾਲ ਇਹ ਬਚਨ ਸਾਂਝੇ ਕਰੇ ਨੇ, ਸਾਧ ਸੰਗਤ ਜੀ ਜੇ ਤਾਂ ਆਪਾਂ ਅਨੁਭਵ ਕਰ ਲਈਏ ਥੋੜ੍ਹਾ ਜਿਹਾ ਵੀ, ਤਾਂ ਰੋਮ ਰੋਮ ਦੇ ਵਿੱਚ
एक चरनाट छिड़ जाएगी कि वाकया ही एडे वे भाग के असी उस अस्थान से बैठे हाँ जिथे जगत के मालक तारण हारे धन धन साहिब श्री गुरु अर्जन देव महाराज जी ने प्रकाश लिया जिथे आप बैठे हाँ खालसा जी इस वेड़े दे विच सतगुरां ने माल लीला की अज इस धरती से विराजिया इतने मेरे हजूर रिड़ते रहे ने इतने मेरे पातशाह जी ने तुरना सीखा और इसी धरती से नाना सतगुरु जी ने कदे ये बख्शिशां कीतियां इनू कोई भविखबाणी कह लवे इनू कोई वार कह लवे पर मुनकर ते कोई नहीं हो सकता कि इसे ही पावन धरा ते जिते आपां सजे हाँ मेरे हजूर ने ये बख्शिशां दे नाल निवाजिया कि ये जिहड़ा मेरा दोतरा है ये भारी पुरख है ये पावन बचन बंसावली नामे दे विच दर्ज ने फरमाया ये केड़ा पुरख है भारी जिन मंजी हिलाए दित्ती है साजी सास ते जदों माता जी ने आख्या जी ये दोता है तुहाडा अर्जन तां मेरे हजूर ने इसे धरती ते कृपा करके आख्या दोहिता बाणी का बोहिता इस धारण गल नहीं है उस धरती ते सानू बैठण दा मौका मिलिया साडे वर्गे नाचीज नूं सतगुरां ने इन्नी कृपा कीती अपनी गोद विच सज के ते सतगुरु जी दी वडियाई दीआं बातां पाउण दा सुभाग दित्ता है आओ पहला उस सतगुरु दा शुकराना करिए कोई भी रसना वांझी ना रहे धन ब्रह्म ज्ञानी भाई गुरदास साहिब जी उन्हां दे लिखे हुए बचना दे द्वारा प्यारे सतगुरु जी दे चरणों का धरो ध्यान कोई रसना वांझी ना रहे सरबत माई भाई बड़े प्रेम दे नाल हाजरियां लवाइए क्योंकि बाणी पढ़िया रसना पवित्र हो जाती है बाणी पढ़िया दुख रूप दूर हो जाते ने जे जीभा ते बाणी आवेगी तां जीवन दीआं मुश्किलां खत्म हो जाणगीआं साडे अंदर नूं सुख मिलेगा सुकून मिलेगा अंदर नूं रज मिलेगा आओ अज आपां नाम दे भोजन दे नाल यतन करिए रज जाइए सारे माई भाई करो कृपा धन गुरु अर्जन देव जी दे चरणां दा करके ध्यान गुर अर्जन सच सिरजन हारा 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 नामदान इशनान दृढ़ नामदान इशनान दृढ़ निसतारा गुरमुख पाओ भगत निसतारा गुरमुख पाओ भगत निसतारा गुरमुख पाओ भगत निसतारा गुर अर्जन सच सिरजन हारा गुर अर्जन सच सिरजन हारा गुर सच सिरजन सच सारी गुरु की संगत भाई गुरदास साहिब जी ने कृपा करके साडे गरीबां नूं धन श्री गुरु अर्जन देव जी दे दर्शन करन दी जुगत दसी है कहिंदे ने गुरु अर्जन देव जी सच सिरजन हारे ने धन गुरु अर्जन देव महाराज जी मैं इतिहास की व्याख्या वल ना जावां एक तां समां सीमित है एक आपने इतिहास सुनिया भी है तो सुन भी लैना है केवल भावना बन जाए इसलिए सतगुरां दे पावन पवित्र इतिहास की एक साखी आप जी के चरणों के रख के फिर समाप्ति कर देंगे सात संगत जी आओ मेरे प्यारे सतगुरु जी के चरणों कमलों का उस मौके का ध्यान करके आ धरती है इतने सतगुरु श्री गुरु अमरदास महाराज गरीब निवास जी सजे ने मेरे पातशाह जी का ये पावन अस्थान चबारा साहिब
ਇੱਥੇ ਮਾਤਾ ਜੀ ਸਤਿਕਾਰਯੋਗ ਮਾਤਾ ਭਾਨੀ ਜੀ ਉਹ ਆਪ ਪ੍ਰਸ਼ਾਦਾ ਪਕਾ ਕੇ ਪਿਆਰੇ ਪਿਤਾ ਜੀ ਸਤਿਗੁਰੂ ਜੀ ਨੂੰ ਛਕਾਉਂਦੇ ਨੇ। ਅਨੁਭਵ ਵਾਲੇ ਗੁਰਮੁਖਾਂ ਗਿਆਨੀ ਮਾਨ ਸਿੰਘ ਜੀ ਝੌਰ ਉਹਨਾਂ ਨੇ ਇਹ ਬਾਤ ਬੜੀ ਪਿਆਰੀ ਆਖੀ। ਕਹਿਣ ਲੱਗੇ ਇੱਕ ਦਿਨ ਪ੍ਰਸ਼ਾਦਾ ਪਕਾਇਆ ਤੇ ਪ੍ਰਸ਼ਾਦਾ ਪਕਾ ਕੇ ਪਰੋਸ ਕੇ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਮਾਤਾ ਭਾਨੀ ਜੀ ਹਾਜ਼ਰ ਕਰਨ ਲੱਗੇ। ਇੱਧਰ ਪਿੱਛੇ ਝਾਤੀ ਮਾਰੀ, ਇੱਕਦਮ ਕਾਲਜਾ ਮੂੰਹ ਨੂੰ ਆ ਗਿਆ, ਵੇਖਿਆ ਕਿ ਰਿੜਦੇ ਰਿੜਦੇ ਸ੍ਰੀ ਅਰਜਨ ਦੇਵ ਜੀ ਤਵੇ ਤੇ ਹੱਥ ਰੱਖ ਦੇਣ ਲੱਗੇ। ਇੱਕਦਮ ਦੌੜੇ ਜਾ ਕੇ ਚੁੱਕ ਲਿਆ ਤੇ ਅਚਾਨਕ ਇਹ ਮੂੰਹੋਂ ਜਿਵੇਂ ਗੱਲ ਨਿਕਲਦੀ ਹੈ ਕਿ ਪਤਾ ਨਹੀਂ ਇਸ ਬਾਲਕ ਨੂੰ ਚੁੱਲ੍ਹੇ ਵਿੱਚੋਂ ਅੱਗ ਵਿੱਚੋਂ ਇਸ ਗਰਮ ਤਪਦੇ ਤਵੇ ਵਿੱਚੋਂ ਕੀ ਨਜ਼ਰ ਆਉਂਦਾ। ਇਹ ਵਾਰ ਵਾਰ ਇਸ ਤਵੇ ਵੱਲ ਦੌੜ ਕੇ ਆ ਕੇ ਇਹਦੇ ਤੇ ਹੱਥ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਪਿਤਾ ਸਤਿਗੁਰੂ ਜੀ ਨੇ ਬਚਨ ਆਖੇ, ਕਹਿਣ ਲੱਗੇ ਭਾਨੀ ਤੂੰ ਇੱਥੇ ਤਾਂ ਦੌੜ ਕੇ ਇਸ ਬਾਲਕ ਨੂੰ ਤਵੇ ਤੇ ਹੱਥ ਰੱਖ ਕੇ ਸਾੜਨ ਤੋਂ ਬਚਾਵੇਂਗੀ, ਪਰ ਇਸ ਬਾਲਕ ਦੀ ਮੰਜ਼ਿਲ ਜਿਸ ਪਾਸੇ ਵੱਲ ਜਾਂਦੀ ਹੈ ਉੱਥੇ ਜਾ ਕੇ ਤੇਰੇ ਕੋਲੋਂ ਇਸ ਬਾਲਕ ਦੀ ਰੱਖਿਆ ਨਹੀਂ ਕੀਤੀ ਜਾਂਦੀ। ਪਿਛਲੇ ਸਾਲਾਂ ਦੇ ਵਿੱਚ ਇੱਕ ਸਿੰਘ ਮਿਲਿਆ, ਉਹ ਕੋਰੀਆ ਦੇ ਵਿੱਚ ਕੰਮ ਕਰਦਾ ਸੀ ਤੇ ਉਹ ਕਹਿਣ ਲੱਗਾ ਕਿ ਇੱਕ ਦਿਨ ਅਸਾਂ ਬਹਿ ਕੇ ਸਲਾਹ ਬਣਾਈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਤੇ ਆਪਾਂ ਛਬੀਲ ਲਾਈ ਲਈ ਜਿਵੇਂ ਪੰਜਾਬ ਵਿੱਚ ਲਾਉਂਦੇ। ਉੱਥੇ ਖੁੱਲ੍ਹਾ ਜਲ ਤਾਂ ਵਰਤਾਇਆ ਨਹੀਂ ਜਾ ਸਕਦਾ ਵਿਦੇਸ਼ਾਂ ਵਿੱਚ। ਉਹ ਕਹਿਣ ਲੱਗੇ ਕਿ ਜਲ ਦੇ ਪੈਕਟ ਲੈ ਲੈ ਤੇ ਸੜਕ ਦੇ ਕਿਨਾਰੇ ਤੇ ਅਸੀਂ ਉਹ ਪੈਕਟ ਜਿਹੜੇ ਜਲ ਦੇ ਸੀ ਉਹ ਵੰਡਣੇ ਸ਼ੁਰੂ ਕੀਤੇ। ਇੱਕ ਕੋਰੀਆਈ ਮਨੁੱਖ ਨਾਸਤਕ ਬੰਦਾ, ਰੱਬ ਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ, ਉਹ ਪੁੱਛਣ ਲੱਗ ਪਿਆ ਵੀ ਇਹ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਦੱਸਿਆ ਕਿ ਸਾਡੇ ਗੁਰੂ ਸਾਹਿਬ ਨੇ ਅੱਜ ਦੇ ਦਿਨ ਸ਼ਹੀਦੀ ਪਾਈ, ਉਹਦੀ ਯਾਦ ਵਿੱਚ ਸਾਡੀ ਇਹ ਪਰੰਪਰਾ ਹੈ ਕਿ ਅਸੀਂ ਛਬੀਲਾਂ ਲਾਉਂਦੇ ਹਾਂ, ਜਲ ਛਕਾਉਂਦੇ ਹਾਂ। ਉਹ ਕਹਿਣ ਲੱਗਾ ਠੀਕ ਹੈ, ਤੁਹਾਡੇ ਗੁਰੂ ਨੇ ਸ਼ਹੀਦੀ ਪਾਈ, ਪਰ ਆਹ ਜਿਹੜਾ ਪਾਣੀ ਲੋਕਾਂ ਨੂੰ ਪਿਆਉਂਦੇ ਹੋ ਇਹਦਾ ਉਹਦੇ ਨਾਲ ਕੀ ਲੈਣਾ ਦੇਣਾ। ਉਹ ਸਿੱਖ ਇਤਿਹਾਸ ਨੂੰ ਜਾਣਨ ਵਾਲਾ ਸੀ, ਕਈ ਵਾਰ ਤੇ ਸਾਨੂੰ ਪਤਾ ਨਹੀਂ ਹੁੰਦਾ ਬਹੁਤੀ ਸਾਡੀ ਨੌਜਵਾਨ ਪੀੜ੍ਹੀ ਨੂੰ। ਉਹਨੇ ਦੱਸਿਆ ਕਿ ਇਹ ਸ਼ਹਾਦਤ ਤੋਂ ਪਹਿਲਾਂ ਸਤਿਗੁਰੂ ਜੀ ਨੂੰ 5 ਦਿਨਾਂ ਤੱਕ ਪਿਆਸੇ ਰੱਖਿਆ ਗਿਆ ਸੀ, ਜਲ ਨਹੀਂ ਸੀ। ਚੰਦੂ ਦੁਸ਼ਟ ਨੇ ਇਹ ਹੁਕਮ ਲਾ ਦਿੱਤਾ ਕਿ ਜੇ ਜਲ ਮੰਗਣ ਤੇ ਕਹਿਣਾ 1,00,000 ਰੁਪਈਆ ਜੁਰਮਾਨਾ ਨਗਦ ਦਓਗੇ ਤਾਂ ਜਲ ਛਕਾਵਾਂਗੇ, ਜੇ ਭੋਜਨ ਛਕਣਾ ਤਾਂ 1,00,000 ਵੱਖਰਾ ਦਿਓ, ਜੇ ਸੋਣਾ ਤੇ 1,00,000 ਵੱਖਰਾ ਦਿਓ। ਉਹ ਕਹਿਣ ਲੱਗਾ ਮੇਰੇ ਸਤਿਗੁਰਾਂ ਨੇ 5 ਦਿਨ ਪਿਆਸੇ ਰਹਿ ਕੇ ਸੱਚ ਤੇ ਪਹਿਰਾ ਦਿੱਤਾ ਤੇ ਸੱਚ ਸਿਰਜਣਹਾਰੇ ਸਤਿਗੁਰੂ ਜੀ ਨੇ ਸਾਰੇ ਜਗਤ ਦੇ ਦੁੱਖ, ਸਾਰੇ ਜਗਤ ਤੇ ਵਰਦੀ ਹੋਈ ਅੱਗ ਆਪਣੇ ਤਨ ਤੇ ਲੈ ਲਈ, ਆਪਣੇ ਅੰਦਰ ਦਾ ਸੁੱਖ, ਆਪਣੇ ਅੰਦਰ ਦੀ ਮਿਠਾਸ ਉਹ ਸਾਰੇ ਸੰਸਾਰ ਦੇ ਵਿੱਚ ਵੰਡ ਦਿੱਤੀ। ਉਹ ਸਿੰਘ ਕਹਿਣ ਲੱਗਾ ਜਦੋਂ ਇਹ ਗੱਲਾਂ ਉਸ ਕੋਰੀਆਈ ਬੰਦੇ ਨੇ ਸੁਣੀਆਂ ਤੇ ਉਹ ਇੱਦਾਂ ਸਲੂਟ ਮਾਰ ਕੇ ਕਹਿੰਦਾ ਤੁਹਾਡੇ ਗੁਰੂ ਨੂੰ ਮੇਰਾ ਸਲੂਟ। ਕਿਉਂ ਨਾ ਗੁਰੂ ਕੇ ਬਚਨ ਆਪਾਂ ਜਗਤ ਦੇ ਵਿੱਚ ਥਾਂ ਥਾਂ ਤੇ ਸੁਣੀਏ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਗੁਰ ਅਰਜਨ ਸੱਚ ਸਿਰਜਣਹਾਰਾ। ਜਿਹੜਾ ਵੀ ਸਿੱਖ ਇਤਿਹਾਸ ਨੂੰ ਪੜ੍ਹੇ ਉਹ ਬੰਦਾ ਭਾਵੇਂ ਕੋਰੀਆ ਦਾ ਹੋਵੇ, ਭਾਵੇਂ ਉਹ ਚੀਨ ਦਾ, ਭਾਵੇਂ ਉਹ ਸਾਧ ਸੰਗਤ ਜੀ ਅਮਰੀਕਾ ਅਫਰੀਕਾ ਦਾ ਹੋਵੇ, ਜਿਹੜਾ ਵੀ ਗੁਰੂ ਕੇ ਇਤਿਹਾਸ ਨੂੰ ਪੜ੍ਹੇਗਾ ਨਾ ਉਹ ਬੰਦਾ ਕਿੱਡਾ ਵੀ ਨਾਸਤਕ ਹੋਵੇ ਉਹਦਾ ਸਿਰ ਆਪਣੇ ਆਪ ਹੀ ਪਰਉਪਕਾਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕ ਜਾਵੇਗਾ। ਕਸ਼ਮੀਰ ਦੀ ਧਰਤੀ ਹੈ, ਠੰਡੀ ਧਰਤੀ, ਤੇ ਇੱਕ ਸਿੱਖ ਗਿਆ ਕਸ਼ਮੀਰ ਦੇ ਵਿੱਚ ਭਾਈ ਗੜੀਆ ਜੀ। ਇਹਨਾਂ ਨੇ ਜਾ ਕੇ ਹੋਕਾ ਦਿੱਤਾ ਕਿ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੈਨੂੰ ਹੁਕਮ ਲਾ ਕੇ ਭੇਜਿਆ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਉਦੋਂ ਚੱਲਦੀ ਪਈ ਹੈ। ਕਹਿਣ ਲੱਗੇ ਸਿੱਖੀ ਦਾ ਕੇਂਦਰ ਬਣਦਾ ਪਿਆ ਹੈ ਹਰਿਮੰਦਰ ਸਾਹਿਬ, ਸੇਵਾ ਦੇ ਵਿੱਚ ਹਰ ਕੋਈ ਯੋਗਦਾਨ ਪਾਵੇ
ਭਾਵੇਂ ਕੋਈ ਤਿਲ ਫੁੱਲ ਭੇਟਾਂ ਪਾਵੇ ਪਰ ਸਾਰੇ ਜਾਣੇ ਹਿੱਸਾ ਪਾਓ ਕਿਉਂਕਿ ਸਿੱਖੀ ਦਾ ਕੇਂਦਰ ਹੈ ਕੋਈ ਵੀ ਸੰਗਤ ਹਿੱਸੇ ਤੋਂ ਬਿਨਾਂ ਰਵੇ ਨਾ ਹਰ ਕੋਈ ਜਿਵੇਂ ਹੁਣੇ ਮਹਾਂਪੁਰਸ਼ਾਂ ਨੇ ਦੱਸਿਆ ਨਾ ਕਿ ਗੁਰਪੁਰਬ ਦੇ ਮੌਕੇ ਤੇ ਜ਼ਰੂਰ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣੀ ਹੈ ਉਹ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਸਾਰੇ ਜ਼ਰੂਰ ਸੇਵਾ ਪਾਓ ਇੱਕ ਬਜ਼ੁਰਗ ਮਾਂ ਉਹਨੂੰ ਬੜਾ ਚਾਅ ਚੜਿਆ ਉਹਨੇ ਸਿੱਖ ਨੂੰ ਪੁੱਛਿਆ ਕਿ ਕਿਵੇਂ ਹਿੱਸਾ ਪਾਉਣਾ ਹੈ ਸਿੱਖ ਨੇ ਆਖਿਆ ਮਾਤਾ ਭਾਵੇਂ ਤੂੰ ਕੋਈ ਲੰਗਰ ਵਾਸਤੇ ਭੋਜਨ ਜੋਗਾ ਪ੍ਰਬੰਧ ਕਰ ਭਾਵੇਂ ਨਗਦ ਪੈਸਾ ਲੈ ਆ ਭਾਵੇਂ ਕੋਈ ਬਸਤਰ ਲੈ ਆ ਜੋ ਵੀ ਸੇਵਾ ਬਣਦੀ ਸਰਦੀ ਹੈ ਲਿਆ ਕੇ ਪਾ ਸਾਡੇ ਕੋਲ ਨਾਂ ਲਿਖਵਾ ਦੇ ਇਹ ਜਿਹੜਾ ਨਾਂ ਲਿਖੇ ਵਾਲਾ ਕਾਗਜ਼ ਹੈ ਇਹ ਜਦੋਂ ਅੰਮ੍ਰਿਤਸਰ ਸਾਹਿਬ ਜਾਵਾਂਗੇ ਪਰ ਉਪਕਾਰੀ ਸਤਿਗੁਰੂ ਮੁਕਤੀ ਦਾਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ ਤੇ ਇਹ ਕਾਗਜ਼ ਤੋਂ ਨਾਮ ਪੜ੍ਹੇ ਜਾਣੇ ਨੇ ਜਿਵੇਂ ਜਿਵੇਂ ਨਾਮ ਪੜ੍ਹੇ ਜਾਣੇ ਨੇ ਮਾਤਾ ਸਤਿਗੁਰੂ ਨੇ ਸਿੱਖਾਂ ਦੀ ਸੇਵਾ ਪ੍ਰਵਾਨ ਕਰਕੇ ਤੇ ਅੱਗੇ ਸੱਚਖੰਡ ਦੇ ਵਿੱਚ ਇਹਨਾਂ ਨੂੰ ਥਾਂ ਬਖਸ਼ੀ ਜਾਣਾ ਜਦੋਂ ਇਹ ਗੱਲ ਮਾਂ ਨੇ ਸੁਣੀ ਤੇ ਚਾਹ ਚੜ੍ਹ ਗਿਆ ਕਹਿਣ ਲੱਗੀ ਮੈਂ ਵੀ ਸੱਚਖੰਡ ਦੇ ਵਿੱਚ ਢੋਈ ਲੈਣੀ ਹੈ ਮੈਂ ਵੀ ਜੰਮਣ ਮਰਨ ਕਟਵਾਉਣਾ ਹੈ ਮੈਂ ਵੀ ਗੁਰੂ ਅਰਜਨ ਦੇਵ ਜੀ ਦੇ ਦਰ ਤੋਂ ਜਾ ਕੇ ਸੁੱਖ ਪ੍ਰਾਪਤ ਕਰਨਾ ਮਾਂ ਘਰ ਆਈ ਜਦੋਂ ਦਰਵਾਜ਼ਾ ਲੰਘੀ ਕਿਉਂਕਿ ਪਤੀ ਸਿਰ ਤੇ ਨਹੀਂ ਸੀ ਦੋ ਪੁੱਤਰ ਸਨ ਬੜੇ ਜਵਾਨ ਬੜੇ ਬੀਬੇ ਬੜੇ ਚੰਗੇ ਤੇ ਦੋਵੇਂ ਵਿਆਹੇ ਸਨ ਤੇ ਨੌਵਾਂ ਘਰ ਦੇ ਵਿੱਚ ਜਦੋਂ ਬੇਬੇ ਨੇ ਜਾ ਕੇ ਅਜੇ ਗੱਲ ਕੀਤੀ ਨਹੀਂ ਤੇ ਨੌਵਾਂ ਬੁੜਬੁੜ ਕਰ ਰਹੀਆਂ ਸੀ ਜਾਂਦਿਆਂ ਨੇ ਇਹ ਘਰ ਘਰ ਦੀ ਕਹਾਣੀ ਹੁੰਦੀ ਹੈ ਨਾ ਜਦੋਂ ਮਾਂ ਨੇ ਸੁਣਿਆ ਵੀ ਮੇਰੀਆਂ ਨੌਵਾਂ ਆਪੋ ਵਿੱਚ ਨਿੱਕਾ ਨਿੱਕਾ ਝਗੜਾ ਕਰਦੀਆਂ ਨੇ ਤੇ ਝਗੜੇ ਦੀ ਜੜ ਕੀ ਹੈ ਪੈਸਾ ਵੀ ਘਰ ਦੇ ਵਿੱਚ ਵਰਤੋਂ ਵੀ ਹਾਰ ਤੋਂ ਉਹ ਗੜਬੜ ਹੈ ਮਾਂ ਨੇ ਸੋਚਿਆ ਭੋਲੀਏ ਮੇਰੀਏ ਨਿਮਾਣੀਏ ਜਿੰਦੜੀਏ ਮੇਰੇ ਘਰ ਵਿੱਚ ਤਾਂ ਮਾਇਆ ਤੋਂ ਕਲੇਸ਼ ਪਹਿਲਾਂ ਹੀ ਪੈਂਦਾ ਪਿਆ ਜੇ ਮੈਂ ਕਹਿ ਦਿੱਤਾ ਕਿ ਪੁੱਤਰ ਮੈਨੂੰ ਸੇਵਾ ਵਾਸਤੇ ਮਾਇਆ ਦਿਓ ਤੇ ਨੌਵਾਂ ਕਹਿਣਗੀਆਂ ਬੇਬੇ ਸਾਡਾ ਤੇ ਰੋਟੀ ਪਾਣੀ ਮਸਾਂ ਚੱਲਦਾ ਤੇ ਤੂੰ ਵੱਡੀ ਸੇਵਾਦਾਰਨੀ ਸੇਵਾ ਜੋ ਕਿ ਪੈਸੇ ਨਹੀਂ ਹੈਗੇ ਸਾਡੇ ਕੋਲ ਏਦਾਂ ਹੀ ਹੁੰਦਾ ਜੀ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸਟੀਕ ਦੇ ਵਿੱਚ ਉਹਨਾਂ ਨੇ ਦ੍ਰਿਸ਼ਟਾਂਤ ਦਿੱਤਾ ਕਿ ਬਾਪੂ ਬੜਾ ਕੰਜੂਸ ਉਹਨੇ ਸਾਰੀ ਉਮਰ ਬੜੀ ਜਾਇਦਾਦ ਬਣਾਈ ਕੋਈ ਦਾਨ ਪੁੰਨ ਨਾ ਕੀਤਾ ਮੰਜੇ ਤੇ ਪਿਆ ਤੇ ਦੁਖੀ ਬੜਾ ਤੇ ਗੱਲਾਂ ਚੇਤੇ ਆਉਣ ਵੀ ਮਹਾਂਪੁਰਖਾਂ ਨੇ ਕਿਹਾ ਸੀ ਦਾਨ ਪੁੰਨ ਵੀ ਕਰੀਦਾ ਅੱਗੇ ਜਾ ਕੇ ਸੌਖੇ ਹੋਵਾਂਗੇ ਸੋਚਿਆ ਚੱਲ ਹੁਣ ਦਾਨ ਪੁੰਨ ਕਰ ਲਵਾਂ ਉਂਗਲ ਦੇ ਵਿੱਚ ਸੋਨੇ ਦੀ ਛਾਪ ਪਾਈ ਹੋਈ ਸੀ ਤੇ ਬੋਲਿਆ ਬਾਪੂ ਕੋਲ ਜਾਵੇ ਨਾ ਨੌਜਵਾਨਾਂ ਨੂੰ ਬੁਲਾ ਕੇ ਇਸ਼ਾਰਾ ਕਰਕੇ ਕਹਿੰਦਾ ਵੀ ਆਹ ਜਿਹੜੀ ਛਾਪ ਹੈ ਇਹ ਗੁਰਦੁਆਰਾ ਸਾਹਿਬ ਦਾਨ ਕਰ ਦਿਆ ਬੋਲਿਆ ਨਾ ਜਾਵੇ ਤੇ ਉਹ ਉਂਗਲ ਵਿੱਚੋਂ ਨਿਕਲਣੀ ਥੋੜ੍ਹੀ ਔਖੀ ਸੀ ਹੁਣ ਲਾਗੇ ਰਿਸ਼ਤੇਦਾਰ ਆਏ ਬੈਠੇ ਨੇ ਬਾਪੂ ਇਸ਼ਾਰਾ ਮੁੜ ਮੁੜ ਕੇ ਕਰੇ ਤੇ ਰਿਸ਼ਤੇਦਾਰ ਕਹਿੰਦੇ ਬਾਪੂ ਕੀ ਕਹਿੰਦਾ ਹੈ ਹੁਣ ਜੇ ਦੱਸ ਦਿੰਦੇ ਵੀ ਬਾਪੂ ਆਹ ਕਹਿੰਦਾ ਹੈ ਤੇ ਸੋਨੇ ਦੀ ਛਾਪ ਜਾਂਦੀ ਸੀ ਉਹ ਕਹਿੰਦੇ ਵੀ ਬਾਪੂ ਦੇ ਜਵਾਨੀ ਵੇਲੇ ਹੱਥ ਤੇ ਲੱਗੀ ਸੀ ਸੱਟ ਤੇ ਹੁਣ ਹੱਥ ਦੁਖਦਾ ਬੜਾ ਹੈ ਬਾਪੂ ਤਾਂ ਕਹਿੰਦਾ ਇਹ ਇਸ਼ਾਰਾ ਕਰ ਉਹ ਬਾਪੂ ਮੱਥੇ ਨੂੰ ਹੱਥ ਮਾਰੇ ਜਿਉਂਦੀ ਜਾਣੇ ਜਿੰਨਾ ਚਿਰ ਆਪ ਜਿੰਦੜੀਏ ਤੂੰ ਕਾਇਮ ਹੈ ਉਹਨਾਂ ਚਿਰ ਦਾਨ ਪੁੰਨ ਕਰ ਸਕਦੀ ਹੈ ਜਿੱਦਣ ਇਹ ਧੀਆਂ ਪੁੱਤਾਂ ਦੇ ਹੱਥ ਚਲਾ ਜਾਏਗਾ ਉਦਣ ਆਸ ਨਾ ਰੱਖੀ ਵੀ ਹੁਣ ਤੈਨੂੰ ਕੋਈ ਦਾਨ ਪੁੰਨ ਕਰਨੀ ਪਏਗਾ ਇਹ ਆਪਣੇ ਸਾਰਿਆਂ ਨਾਲ ਹੀ ਵਰਤਦਾ ਤੇ ਵਰਤਣਾ ਵੀ ਉਹ ਮਾਂ ਨੇ ਸੋਚਿਆ ਵੀ ਅਜੇ ਮੇਰੇ ਹੱਥ ਪੈਰ ਚੱਲਦੇ ਨੇ ਅਜੇ ਤਾਂ ਮੈਂ ਨਵੀਂ ਨਰੋਈ ਹਾਂ ਤੇ ਸੇਵਾ ਪਾਉਣੀ ਵੀ ਮਿਹਨਤ ਕਰਕੇ ਚਾਹੀਦੀ ਹੈ ਬੱਚਿਆਂ ਕੋਲ ਲੈ ਕੇ ਸੇਵਾ ਪਾਉਣ ਦਾ ਓਨਾ ਲਾਭ ਨਹੀਂ ਕੋਲ ਇੱਕ ਸ਼ਾਹੂਕਾਰ ਦੀ ਹੱਡੀ ਸੀ ਬੜੀ ਵੱਡੀ ਉਹਦੇ ਕੋਲ ਗਈ ਆਖਿਆ ਸ਼ਾਹ ਜੀ ਮੈਨੂੰ ਕੁਝ ਮਾਇਆ ਚਾਹੀਦੀ ਹੈ ਤੇ ਮੈਂ ਤੁਹਾਡੇ ਕੋਲ ਕੋਈ ਕੰਮ ਮੰਗਣ ਆਈ ਹਾਂ ਮੈਨੂੰ ਕੋਈ ਕੰਮ ਦੇ ਦੇ ਮੈਂ ਤੇਰਾ ਕੋਈ ਨਾ ਕੋਈ ਕੰਮ ਦਿਹਾੜੀ ਮਜ਼ਦੂਰੀ ਕਰਾਂ ਤੇ ਮੈਨੂੰ ਕੁਝ ਮਾਇਆ ਦਾ ਪ੍ਰਬੰਧ ਹੋ ਜਾਏ ਉਹ ਸੋਚ ਕੇ ਕਹਿਣ ਲੱਗਾ ਵੀ ਬਜ਼ੁਰਗ ਮਾਈ ਹੈ ਤੇ ਇਹਦੇ ਕਰਨ ਜੋਗਾ ਕੰਮ ਇੱਕ ਬੜਾ ਜ਼ਰੂਰੀ ਹੈ ਉਹ ਇਹੋ ਹੀ ਕਰ ਸਕਦੀ ਹੈ ਹੋਰ ਕਿਸੇ ਕੋਲ ਹੋਣਾ ਨਹੀਂ ਕੰਮ ਕੀ ਸੀ ਬਾਸਮਤੀ ਦੇ ਚੌਲ ਤੇ ਉਹ ਛੱਡਦੇ ਨੇ ਤੇ ਛੜੇ ਜਾਂਦੇ ਸਨ ਆਪ ਜਿਹੜੇ ਬਜ਼ੁਰਗ ਬੈਠੇ ਹੋ ਸਿਆਣੇ ਤੁਹਾਨੂੰ ਪਤਾ ਹੈ ਉਹ ਮੋਹਲੇ ਮਾਰ ਮਾਰ ਕੇ ਤੇ ਉਹ ਜੇ ਕੋਈ ਮੇਰੇ ਵਰਗਾ ਲੱਗ ਪਿਆ ਤੇ ਉਹਦੇ ਭੰਨ ਦੇਗਾ ਚੌਲ ਸਾਰੇ ਉਹ ਜਾਂਚ ਨਹੀਂ ਨਾ ਉਹ ਕੋ ਬਜ਼ੁਰਗ ਮਾਂ ਹੀ ਕਰ ਸਕਦੀ ਸੀ ਜਿਹਨੂੰ ਅਨੁਭਵ ਹੋਵੇ ਜਿਹਨੂੰ ਇਹ ਕੰਮ ਆਉਂਦਾ ਹੋਵੇ
ਉਹਨੇ ਮਾਂ ਨੂੰ ਉਹ ਚੌਲ ਢੇਰੀ ਲਾ ਦਿੱਤੀ। ਕਹਿਣ ਲੱਗਾ ਲੈ ਬੇਬੇ ਆ ਛੱਡ ਦੇ ਸਾਰੇ, ਬੇਬੇ ਉਖਰੀ ਵਿੱਚ ਚੌਲ ਪਾ ਪਾ ਕੇ ਮੋਹਰੇ ਮਾਰੀ ਜਾਵੇ, ਨਾਲੇ ਵਾਹਿਗੁਰੂ 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 ਜਪੀ ਜਾਵੇ। ਜਦੋਂ ਮਾਂ ਨੇ ਸਾਰੇ ਚੌਲ ਛੱਡ ਦਿੱਤੇ, ਦੁਪਹਿਰ ਢਲ ਗਈ ਸੀ, ਸ਼ਾਮਾਂ ਪੈ ਗਈਆਂ, ਮਾਂ ਦੇ ਹੱਥਾਂ ਦੇ ਵਿੱਚ ਛਾਲੇ ਪੈ ਗਏ, ਕਿਉਂਕਿ ਆਮ ਦਿਹਾੜੀਦਾਰ ਕੰਮ ਕਰਦਾ ਸਾਹ ਲੈ ਲੈ ਕੇ ਹੌਲੀ ਹੌਲੀ, ਤੇ ਜਿਹਦੇ ਮਨ ਵਿੱਚ ਸ਼ਰਧਾ ਹੋਵੇ ਨਾ ਉਹ ਕੰਮ ਕਰਦਾ ਲਗਾਤਾਰ ਪੂਰਾ ਤਾਣ ਲਾ ਕੇ। ਹੱਥਾਂ 'ਚ ਛਾਲੇ ਪੈ ਗਏ ਸਨ, ਜਿਸ ਵੀ ਗਏ ਸਨ, ਖੂਨ ਵੀ ਵਗਿਆ ਸੀ, ਤੇ ਮਾਂ ਕਹਿਣ ਸੀ ਸ਼ਾਹੂਕਾਰ ਨੂੰ, ਸ਼ਾਹ ਆ ਵੇਖ ਤੇਰਾ ਸਾਰਾ ਕੰਮ ਮੁਕਾ ਦਿੱਤਾ, ਹੁਣ ਜੋ ਕੁਝ ਇਹ ਤਾਂ ਮੈਨੂੰ ਦੇਣਾ ਹੀ, ਇਹ ਮਜਾਨਾ ਆਨਾ ਦਵਾਨੀ ਦੇ ਦੇ। ਹੁਣ ਸ਼ਾਹੂਕਾਰ ਦਾ ਮਨ ਜਿਹੜਾ ਮੰਨੇ ਨਾ ਵੀ ਮੈਨੂੰ ਪੈਸੇ ਦਵਾਂ, ਮਨ ਬੇਈਮਾਨ ਹੁੰਦਾ ਨਾ, ਮਾਇਆ ਦਾ ਮੋਹ ਹੀ ਏਡਾ ਭੈੜਾ ਹੈ, ਸੋਚਦਾ ਹੈ ਵੀ ਮੈਂ ਇਹਨੂੰ ਪੈਸੇ ਦੇਣੇ ਨਹੀਂ, ਬਹਾਨਾ ਹੀ ਮਾਰਾਂ। ਵੇਖ ਕੇ ਕਹਿਣ ਲੱਗਾ ਬੇਬੇ ਜਾ, ਤੂੰ ਤੇ ਮੇਰਾ ਸੌਦਾ ਹੀ ਸਾਰਾ ਖਰਾਬ ਕਰ ਦਿੱਤਾ, ਤੂੰ ਤੇ ਚੌਲ ਜਿਹੜੇ ਸੀ ਇਹ ਤੋੜ ਦਿੱਤੇ, ਕੜੀਆਂ ਕਰ ਦਿੱਤੀਆਂ, ਇਹ ਤੇ ਮੇਰੇ ਹੁਣ ਪੂਰੇ ਭਾਅ ਤੇ ਵਿਕਣੇ ਨਹੀਂ, ਤੇ ਤੈਨੂੰ ਕੀ ਦਿਆਂ। ਮਾਈ ਕਹਿਣ ਲੱਗੀ ਸ਼ਾਹ ਮੈਂ ਤੇਰੇ ਨਾਲ ਜਿੱਦ ਨਹੀਂ ਕਰਨੀ, ਜੋ ਦੇਣਾ ਹੀ ਦੇ ਦੇ, ਮੈਂ ਲੈ ਕੇ ਤੁਰਦੀ ਬਣਾ। ਉਹਨੇ ਸੋਚਿਆ ਕੁਝ ਨਾ ਕੁਝ ਤਾਂ ਦੇਣਾ ਪੈਣਾ ਹੈ, ਚੌਲਾਂ ਦਾ ਇੱਕ ਬੁੱਕ ਭਰਿਆ ਤੇ ਮਾਈ ਦੀ ਝੋਲੀ ਦੇ ਵਿੱਚ ਪਾ ਦਿੱਤਾ। ਮਾਂ ਨੇ ਝੋਲੀ ਸਮੇਟੀ ਤੇ ਤੁਰ ਪਈ, ਸਿੱਧਾ ਧਰਮਸ਼ਾਲਾ ਗਈ, ਜਿਹੜਾ ਕਸ਼ਮੀਰ ਸ਼੍ਰੀਨਗਰ ਜਿਨ੍ਹਾਂ ਨੇ ਆਪ ਗਏ ਉਹ ਦਰਸ਼ਨ ਕੀਤੇ ਨੇ, ਜਿਹੜਾ ਕਾਠੀ ਦਰਵਾਜ਼ੇ ਵਾਲਾ ਗੁਰਦੁਆਰਾ ਸਾਹਿਬ ਹੈ ਨਾ, ਇੱਥੇ ਪੁਰਾਣੀ ਧਰਮਸ਼ਾਲਾ ਸੀ। ਉੱਥੇ ਉਹਨੇ ਅੰਦਰ ਜਾ ਕੇ ਵੇਖਿਆ ਢੇਰ ਲੱਗੇ ਨੇ, ਉਹਨੇ ਸਾਧ ਸੰਗਤ ਜੀ ਜਿੱਥੇ ਚੌਲਾਂ ਦਾ ਢੇਰ ਲੱਗਾ ਸੀ ਉਹਦੇ ਉੱਤੇ ਉਹ ਜਾ ਕੇ ਢੇਰ ਦੇ ਉੱਤੇ ਸੁੱਟ ਦਿੱਤੇ ਚੌਲ। ਉਸ ਨੌਜਵਾਨ ਸਿੱਖ ਦੇ ਕੋਲ ਜਾ ਕੇ ਕਹਿਣ ਲੱਗੀ ਵੀਰਾ ਮੇਰਾ ਨਾਂ ਲਿਖ। ਉਹ ਕਹਿੰਦਾ ਮਾਈ ਲਿਖਾ, ਸੇਵਾ ਦੱਸ ਕੀ ਕੀਤੀ। ਤੇ ਮਾਂ ਚੁੱਪ ਹੋ ਗਈ, ਸ਼ਰਮਿੰਦੀ ਹੋ ਗਈ। ਉਹਨੇ ਫਿਰ ਪੁੱਛਿਆ ਮਾਂ ਦੱਸ ਤਾਂ ਸਹੀ ਸੇਵਾ ਕੀ ਪਾਈ। ਆਖਣ ਲੱਗੀ ਵੀਰਾ ਚੌਲ ਆਖੇ ਕਿੰਨੀਆਂ ਗੋਰੀਆਂ ਨੇ। ਉਹ ਹੱਥ ਬੰਨ ਕੇ ਕਹਿੰਦੀ ਹੈ ਵੀਰਾ ਮਿਹਨਤ ਦੀ ਮੁਸ਼ਕਤ ਦੀ ਘਾਲਣਾ, ਇੱਕ ਬੁੱਕ ਸੀ ਚੌਲਾਂ ਦਾ। ਉਹ ਹੱਸ ਕੇ ਕਹਿੰਦਾ ਮਾਈ ਜੇ ਮੈਂ ਦਾਣਾ ਦਾਣਾ ਲਿਖਣ ਲੱਗਿਆ ਤੇ ਕਾਗਜ਼ ਥੋੜਾ ਪੈ ਜਾਣਾ ਤੇ ਨਾਮ ਬਹੁਤੇ ਹੋ ਜਾਣੇ, ਸਿਆਹੀ ਮੁੱਕ ਜਾਵੇਗੀ, ਕਲਮਾਂ ਘਸ ਜਾਣਗੀਆਂ। ਹਾਂ ਜੇ ਕੋਈ ਬੋਰੀ ਹੈ, ਦੋ ਬੋਰੀਆਂ ਹੈਗੀਆਂ ਨੇ, ਮੈਨੂੰ ਦੱਸ ਮੈਂ ਲਿਖ ਲਵਾਂ। ਆ ਇੱਕ ਅਤੇ ਬੁੱਕ ਦੇ ਇੰਨੇ ਦੇ ਨਾਂ ਨਹੀਂ ਲਿਖਿਆ ਜਾਣਾ। ਉਹਨੇ ਕਿਸੇ ਨੂੰ ਪੁੱਛਿਆ ਕਿ ਵੀਰਾ ਜੇ ਮੇਰਾ ਨਾਂ ਸਤਿਗੁਰਾਂ ਦੇ ਸਾਹਮਣੇ ਜਾ ਕੇ ਨਾ ਪੜਿਆ ਗਿਆ, ਨਾ ਇਸ ਕਾਗਜ਼ ਤੇ ਲਿਖਿਆ ਗਿਆ, ਤੇ ਕੀ ਮੇਰੀ ਮੁਕਤੀ ਨਹੀਂ ਹੋਵੇਗੀ? ਤੇ ਸਿੱਖ ਨੇ ਹੱਸ ਕੇ ਕਿਹਾ ਮਾਤਾ ਮੈਂ ਇਹ ਦੱਸ ਨਹੀਂ ਸਕਦਾ, ਇਹ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਲਾ। ਮਨ ਬਣਾ ਲਿਆ ਵੀ ਮੈਂ ਜਾਵਾਂ ਜ਼ਰੂਰ। ਸੰਗਤ ਤੁਰ ਪਈ, ਇਹ ਮਾਈ ਵੀ ਨਾਲ ਹੀ ਚੱਲ ਪਈ। ਕਿਸੇ ਨੂੰ ਤਰਸ ਆਇਆ ਉਹਨੇ ਆਪਣੇ ਗੱਡੇ ਤੇ ਬਿਠਾ ਲਿਆ, ਕਿਸੇ ਨੂੰ ਤਰਸ ਆਇਆ ਉਹਨੇ ਆਪ ਉੱਤਰ ਕੇ ਤੇ ਆਪਣੇ ਘੋੜੇ ਤੇ ਮਾਈ ਨੂੰ ਬਿਠਾ ਲਿਆ। ਚੱਲਦਿਆਂ ਚੱਲਦਿਆਂ ਮਾਈ ਪਹੁੰਚ ਗਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇੱਥੇ ਆਣ ਕੇ ਹੌਲੀ ਜੀ ਮੱਥਾ ਟੇਕਿਆ, ਸੰਗਤ ਦੇ ਵਿੱਚ ਪਿੱਛੇ ਹੋ ਕੇ ਬਹਿ ਗਈ। ਉਹ ਕਾਗਜ਼ ਵਾਲੇ ਸਿੱਖ ਨੇ ਅੱਗੇ ਹੋ ਕੇ ਅਰਦਾਸ ਆਰੰਭ ਕੀਤੀ ਤੇ ਨਾਮ ਪੜ੍ਹਨੇ ਸ਼ੁਰੂ ਕੀਤੇ, ਸਾਰੇ ਨਾਮ ਪੜ੍ਹ ਦਿੱਤੇ। ਸਤਿਗੁਰੂ ਜੀ ਨੇ ਸਾਰਿਆਂ ਦੀ ਸੇਵਾ ਪ੍ਰਵਾਨ ਕਰ ਲਈ। ਅਖੀਰਲੇ ਹਜ਼ੂਰ ਨੇ ਪੁੱਛਿਆ ਗੁਰ ਅਰਜਨ ਸੱਚ ਸਿਰਜਣ ਹਾਰਾ ਕੈਸੇ ਨੇ ਮੇਰੇ ਸਤਿਗੁਰੂ? ਪੁੱਛਣ ਲੱਗੇ ਸਾਰਿਆਂ ਦੇ ਨਾਂ ਦੱਸ ਦਿੱਤੇ ਨੇ। ਆ ਮਹਾਰਾਜ ਜਿੰਨਿਆਂ ਨੇ ਸੇਵਾ ਵਿੱਚ ਹਿੱਸਾ ਪਾਇਆ ਸਾਰਿਆਂ ਦੇ ਨਾਂ ਦੱਸ ਦਿੱਤੇ। ਮਹਾਰਾਜ ਨੇ ਆਖਿਆ ਵੇਖ ਕੋਈ ਰਹਿ ਤੇ ਨਹੀਂ ਗਿਆ? ਤੇ ਸਿੱਖ ਕਹਿੰਦਾ ਨਹੀਂ ਮਹਾਰਾਜ, ਜਿੰਨਿਆਂ ਦੇ ਨਾਂ ਲਿਖੇ ਸਾਰੇ ਬੋਲ ਦਿੱਤੇ ਨੇ। ਫਿਰ ਮੇਰੇ ਹਜ਼ੂਰ ਉੱਠੇ, ਇਹ ਦਰਸ਼ਨੀ ਲਿਓੜੀ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜਾ ਵਿਹੜਾ ਹੈ ਨਾ ਖੁੱਲ੍ਹਾ, ਇਹ ਉੱਥੋਂ ਦੀ ਘਟਨਾ ਹੈ। ਸਤਿਗੁਰੂ ਜੀ ਉੱਠੇ, ਸੰਗਤ ਦੇ ਵਿੱਚ ਚੱਲਦੇ ਚੱਲਦੇ ਅਖੀਰ ਤੇ ਪਹੁੰਚ ਗਏ। ਨਿਗਾਹ ਦੁਹਰਾਈ, ਚਾਰ ਚੁਫੇਰੇ ਉਸ ਮਾਂ ਵੱਲ ਤੱਕ ਕੇ ਆਵਾਜ਼ ਮਾਰ ਕੇ ਕਹਿੰਦੇ ਨੇ ਮਾਈ ਐਡੀ ਦੂਰੋਂ ਚੱਲ ਕੇ ਆਈ ਹੈ ਤੇ ਜਿਹੜੀ ਤੇਰੇ ਮਨ ਦੇ ਵਿੱਚ ਭਾਵਨਾ, ਜਿਹੜਾ ਮਨ ਦਾ ਸਵਾਲ ਹੈ ਉਹ ਪੁੱਛਣਾ ਨਹੀਂ। ਹੁਣ ਮਾਈ ਦੇ ਨੇਤਰਾਂ 'ਚ ਹੰਝੂ ਆ ਗਏ, ਹੱਥ ਜੋੜ ਕੇ ਕਹਿੰਦੀ ਮਹਾਰਾਜ ਮੇਰੇ ਗਰੀਬਣੀ ਦੇ ਕੋਲ ਕੁਝ ਮੱਥਾ ਟੇਕਣ ਯੋਗਾ ਨਹੀਂ ਸੀ, ਭੇਟਾ ਰੱਖਣ ਯੋਗਾ ਨਹੀਂ ਸੀ, ਤੇ ਮੈਂ ਡਰਦੀ ਮਾਰੀ ਸ਼ਰਮਿੰਦੀ ਹੋਈ ਪਿੱਛੇ ਬਹਿ ਗਈਆਂ। ਮੇਰੇ ਹਜ਼ੂਰ ਆਪ ਨੇੜੇ ਆਏ,
ਉਹ ਮਾਂ ਉੱਠੀ ਹੈ ਜਦੋਂ ਸਤਿਗੁਰਾਂ ਦੇ ਚਰਨਾਂ ਵੱਲ ਝੁਕੀ ਤੇ ਮੇਰੇ ਦਾਤਾ ਜੀ ਨੇ ਮਾਂ ਦੀ ਤਰ੍ਹਾਂ ਜਿਵੇਂ ਮਾਂ ਨੂੰ ਗਲਵਕੜੀ ਪਾਈ ਤੇ ਆਖਿਆ ਮਾਂ ਲੋਕਾਂ ਦੇ ਨਾਂ ਤੇ ਕਾਗਜ਼ ਤੇ ਲਿਖੇ ਗਏ ਤੇਰਾ ਨਾਂ ਸਾਡੇ ਹਿਰਦੇ ਤੇ ਲਿਖਿਆ ਗਿਆ ਕਾਗਜ਼ ਤੇ ਲਿਖੇ ਸਨ ਜਿਨ੍ਹਾਂ ਨੇ ਬੋਰੀਆਂ ਚੜਾਈਆਂ ਉਹਨਾਂ ਦੇ ਨਾਂ ਕਾਗਜ਼ ਤੇ ਮਾਈ ਤੇਰਾ ਨਾਂ ਹਿਰਦੇ ਤੇ ਲਿਖਿਆ ਮਾਈ ਨੇ ਭੋਲੇਪਨ ਵਿੱਚ ਕਿਹਾ ਸਤਿਗੁਰੂ ਜੀ ਮਹਾਰਾਜ ਕੀ ਮੇਰਾ ਵੀ ਪਾਰ ਉਤਾਰਾ ਹੋ ਜਾਏਗਾ ਮੇਰਾ ਵੀ ਜੰਮਣ ਮਰਨ ਮੁੱਕ ਜਾਏਗਾ ਮੈਂ ਵੀ ਸੱਚਖੰਡ ਪ੍ਰਵੇਸ਼ ਹੋ ਜਾਵਾਂਗੀ ਤੇ ਜਿਹੜੇ ਬਚਨ ਹਜ਼ੂਰ ਨੇ ਕਹੇ ਆਹ ਬਚਨ ਵਾਕਿਆ ਹੀ ਸਾਡੇ ਅੰਦਰ ਨੂੰ ਝੰਜੋੜ ਦੇਣ ਵਾਲੇ ਮੇਰੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਮਾਂ ਤੇਰੀ ਮਿਹਨਤ ਮੁਸ਼ਕਤ ਦੀ ਕੀਤੀ ਘਾਲਣਾ ਦੇ ਵਿੱਚੋਂ ਜੋ ਤੂੰ ਲੰਗਰ ਦੇ ਵਿੱਚ ਹਿੱਸਾ ਪਾਇਆ ਜਦੋਂ ਲੰਗਰ ਪੱਕੇਗਾ ਵਰਤੇਗਾ ਤੇ ਜਿਹਦੀ ਥਾਲੀ ਵਿੱਚ ਤੇਰੀ ਘਾਲਣਾ ਤੇਰੀ ਕਮਾਈ ਦਾ ਇੱਕ ਦਾਣਾ ਵੀ ਪਹੁੰਚ ਗਿਆ ਉਹ ਦਾਣਾ ਜੀ ਦੇ ਮੁੱਖ ਵਿੱਚ ਪੈ ਜਾਏਗਾ ਮੇਰੀ ਇਹ ਮਾਂ ਉਹਦਾ ਵੀ ਜੰਮਣ ਮਰਨ ਕੱਟਿਆ ਜਾਵੇ ਜਦੋਂ ਸਿੱਖਾਂ ਨੇ ਇੰਨੀ ਗੱਲ ਸੁਣੀ ਵਾਕਿਆ ਅੰਦਰ ਤਾਂ ਵਿੱਚ ਜੋੜੇ ਗਏ ਜਦੋਂ ਗੁਰੂ ਦਾ ਲੰਗਰ ਛੱਡਦਿਆਂ ਕੇਵਲ ਇਹ ਭਾਵਨਾ ਕਈਆਂ ਨੂੰ ਨਾ ਮੇਰੇ ਵਰਗੇ ਨੂੰ ਭੁਲੇਖਾ ਪੈ ਜਾਂਦਾ ਕਿ ਜਿਹੜਾ ਗੁਰੂ ਦਾ ਲੰਗਰ ਹੈ ਲੋੜਵੰਦਾਂ ਲਈ ਹੈ ਨਹੀਂ ਖਾਲਸਾ ਜੀ ਗੁਰੂ ਦਾ ਲੰਗਰ ਕੇਵਲ ਲੋੜਵੰਦਾਂ ਦੇ ਢਿੱਡ ਭਰ ਲਈ ਥੋੜ੍ਹਾ ਹੈ ਗੁਰੂ ਦਾ ਲੰਗਰ ਸਾਡੀ ਮੁਕਤੀ ਦਾ ਵੀ ਸਾਧਨ ਹੈ ਤਾਂ ਹੀ ਇਸੇ ਧਰਤੀ ਤੇ ਗੁਰੂ ਅਮਰਦਾਸ ਜੀ ਨੇ ਫਰਮਾਇਆ ਪਹਿਲੇ ਪੰਗਤ ਪਾਛੇ ਸੰਗਤ ਜਦੋਂ ਘਾਲਣਾ ਕਮਾਈ ਵਾਲੇ ਦਾ ਗੁਰੂ ਕੇ ਲੰਗਰ ਦੇ ਵਿੱਚ ਪਿਆ ਹੋਇਆ ਉਹ ਹਿੱਸਾ ਦਸਾਂ ਨਵਾਂ ਦੀ ਕਿਰਤ ਦਾ ਉਹਦਾ ਸੁੱਚਾ ਦਾਣਾ ਸਾਡੇ ਅੰਦਰ ਜਾਏਗਾ ਨਾ ਉਸ ਦਾਣੇ ਦੀ ਬਰਕਤ ਦੇ ਨਾਲ ਸਾਡੇ ਅੰਦਰ ਭਾਉ ਭਗਤੀ ਤੇ ਪ੍ਰੇਮ ਦ੍ਰਿੜ ਹੋ ਜਾਏਗਾ ਇਸ ਤਰ੍ਹਾਂ ਮੇਰੇ ਹਜ਼ੂਰ ਨੇ ਜੀਵਨ ਮੁਕਤੀ ਦਿੱਤੀ ਮੇਰੇ ਸਤਿਗੁਰਾਂ ਨੇ ਇਹ ਕਿਰਪਾ ਵਰਤਾਈ ਗੁਰੂ ਕਿਹਾ ਸਿਖਾ ਤੈਨੂੰ ਕੋਈ ਲੋੜ ਨਹੀਂ ਹੈ ਕਿ ਤੇ ਵੱਡੀਆਂ ਰਕਮਾਂ ਤੇਰੇ ਕੋਲ ਹੋਣਗੀਆਂ ਤਾਂ ਆਵੇਂਗਾ ਤੇਰੀ ਘਾਲਣਾ ਕਮਾਈ ਦਾ ਇੱਕ ਦਾਣਾ ਵੀ ਗੁਰੂ ਦੇ ਘਰ ਮਨਜ਼ੂਰ ਹੈ ਇਹਨੇ ਬਚਨਾਂ ਦੇ ਨਾਲ ਆਪ ਗੁਰਮੁਖਾਂ ਦੇ ਚਰਨਾਂ ਦੇ ਵਿੱਚੋਂ ਖਿਮਾ ਦੇ ਜਾਲ ਚ ਹੋ ਜਾਣਾ ਆਹ ਬੇਨਤੀ ਮੈਂ ਜ਼ਰੂਰ ਆਪ ਜੀ ਦੇ ਸਨਮੁਖ ਕਹਿ ਕੇ ਫਿਰ ਫਤਿਹ ਬੁਲਾਵਾਂਗਾ ਅੱਜ ਸਾਡੇ ਵਿੱਚੋਂ ਬਾਕੀ ਗੱਲਾਂ ਤਾਂ ਠੀਕ ਹੈ ਕਮਾਈ ਬੜੀ ਕਰਨ ਵਾਲੇ ਨੇ ਬੱਚੇ ਸਾਡੇ ਹਰ ਖੇਤਰ ਦੇ ਵਿੱਚ ਅੱਗੇ ਵਧੇ ਆ ਇੱਕ ਅਧਿਆਤਮਿਕ ਸੋਕਾ ਪੈ ਗਿਆ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਹਾਜ਼ਰੀ ਭਰ ਕੇ ਗਏ ਨੇ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਬਰਾਜੇ ਨੇ ਸਾਧ ਸੰਗਤ ਜੀ ਸਾਡੇ ਵਿੱਚੋਂ ਇਹ ਚਾਅ ਮੁੱਕ ਗਿਆ ਹੈ ਕਿ ਆਪਾਂ ਸਤਿਗੁਰੂ ਜੀ ਨੂੰ ਖੁਸ਼ ਕਰਨਾ ਹੈ ਅਸੀਂ ਇੱਥੇ ਖਲੋ ਗਏ ਹਾਂ ਕਿ ਮੈਨੂੰ ਸਤਿਗੁਰੂ ਜੀ ਤੁਸੀਂ ਖੁਸ਼ ਕਰ ਦਿਓ ਇੰਨੀਆਂ ਦਾਤਾਂ ਦੇ ਦਿਓ ਵੀ ਮੈਂ ਖੁਸ਼ ਹੋ ਜਾਂ ਤੇ ਦੂਜਾ ਪਾਸਾ ਹੈ ਕਿ ਆਪਾਂ ਸਤਿਗੁਰੂ ਨੂੰ ਪ੍ਰਸੰਨ ਕਰਨਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਤੇ ਪ੍ਰਸੰਨ ਹੋ ਜਾਣ ਸਾਧ ਸੰਗਤ ਜੀ ਉਹ ਪ੍ਰਸੰਨ ਕਿਵੇਂ ਹੋਣ ਇਹ ਦੱਸਣ ਦੀ ਕੋਈ ਲੋੜ ਨਹੀਂ ਨਾ ਸਾਰਿਆਂ ਨੂੰ ਪਤਾ ਹੈ ਵੀ ਗੁਰੂ ਕਿਵੇਂ ਖੁਸ਼ ਹੋਵੇਗਾ ਗੁਰੂ ਖੁਸ਼ ਹੋਵੇਗਾ ਨਾਮ ਬਾਣੀ ਸਿਮਰਨ ਦੇ ਅਭਿਆਸੀ ਬਨ ਨਾਲ ਪੰਜਾਂ ਕਕਾਰਾਂ ਦੀ ਰਹਿਤ ਨੂੰ ਧਾਰਨ ਕਰਨ ਦੇ ਨਾਲ ਚਾਰ ਵਜਰ ਕੁਰੈਤਾਂ ਤੋਂ ਛੁਟਕਾਰਾ ਪਾਉਣ ਦੇ ਨਾਲ ਸੋ ਅੱਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਹਾਂ ਤੇ ਇਹੋ ਹੀ ਸਤਿਗੁਰਾਂ ਨੂੰ ਭੇਟਾ ਅਰਪੀਏ ਮਹਾਰਾਜ ਮੈਂ ਅੱਜ ਤੋਂ ਕੇਸਾਂ ਦੀ ਬੇਅਦਬੀ ਨਹੀਂ ਕਰਾਵਾਂਗਾ ਤੇ ਜਿਹੜੇ ਅੰਮ੍ਰਿਤਧਾਰੀ ਨੇ ਉਹ ਇਹ ਬੇਨਤੀ ਕਰੀਏ ਮਹਾਰਾਜ ਕਿਰਪਾ ਕਰੋ ਸਾਨੂੰ ਰਹਿਤ ਦੀ ਪਰਪੱਕਤਾ ਬਖਸ਼ਿਓ ਰਹਿਤ ਵਿੱਚ ਪੱਕੇ ਹੋ ਜਾਈਏ ਸੋ ਬਹੁਤ ਬਹੁਤ ਸਾਡੇ ਸਨਮਾਨਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ ਇਸੇ ਤਰ੍ਹਾਂ ਜਥੇਦਾਰ ਸਰਦਾਰ ਗੁਰਬਚਨ ਸਿੰਘ ਜੀ ਕਰਮੂਵਾਲਾ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਤਿਗੁਰੂ ਰਾਮਦਾਸ ਜੀ ਆਪ ਜੀ ਦੇ ਪਾਸੋਂ ਮੋਹਰੀ ਗੁਰਸਿੱਖਾਂ ਵਿੱਚ ਸੇਵਾ ਲੈ ਰਹੇ ਨੇ ਔਰ ਬੜੇ ਸੁਚੱਜੇ ਪ੍ਰਬੰਧਕ ਨੇ ਦਾਸ ਦੇ ਸਰਨਾਮੀਏ ਸਰਦਾਰ ਗੁਰਪ੍ਰੀਤ ਸਿੰਘ ਜੀ ਰੋਡੇ ਤੇ ਰੋਡੇ ਜਦੋਂ ਇਹਨਾਂ ਦੇ ਨਾਂ ਨਾਲ ਜੁੜ ਜਾਂਦਾ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪਛਾਣ ਹੈ ਸੋ ਇਹਨਾਂ ਨੂੰ ਸਤਿਗੁਰੂ ਜੀ ਨੇ ਬਹੁਤ ਮਿਹਰਾਂ ਵਰਤਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਵੀ ਅਤੇ ਇੱਥੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਵੀ
बहुत सोहने प्रबंध सच्चे पातशाह जी की कृपा रहमत दे नाल इन्हां गुरमुखां दे पासों आप गुरु ने करवा के सेवा लई है ते दासरे नूं आप जी ने यह माण बख्शिया सचमुच अंदर तक ये एक तरह कह लीए ना जिवें झंझोड़े जाईदा कि सचमुच उस अस्थान से जुड़ के गुरु दीआं वडियाईआं कर रहे हैं जिथे मेरे हजूर ने आप बाल लीला की है जिथे बख्शिशा मिलिया भारी पुरख जिथे बख्शिशा मिलिया दोहता बाणी का मोहता जिथे ये बख्शिशा मिलिया के आप जी सारे जगत की तपश हरण वास्ते अपना आपा तत्तियां तवियां ते बिठाओगे। धन बाबा दीप सिंह साहब जी के अस्थान तो गुरद्वारा शहीदा साहब तो इन्हों दिनों के ना जो लड़ी वार कथा शामा पौने पांच तो पौने छे का समय है तो सतगुरु जी की शहीदी की कथा ही चल रही है वो भी आप गुरमुख क्योंकि टीवी ते इंटरनेट ते लाइव चलता है ते आप गुरमुख सुनते हो असीसा बख्शते हो जरूर सतगुरां दे इतिहास के नाल जुड़िए असीसा दो भुला चुकां की खिमा गज के फतेह बुलाओ जी वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। बहुत बहुत धन्यवाद दे भाई साहब भाई गुरप्रीत सिंह जी हजूरी कथावाचक गुरद्वारा शहीदा साहब श्री अमृतसर साहब वाले जिन्होंने आप जी ने धन श्री गुरु अर्जन देव सच्चे पातशाह जी उन्होंने घर दिया कथा कहानियां आप संगतां दे नाल सांझियां कीतियां ने। गुरु अर्जन देव सच्चे पातशाह जी ने जन्म तो उस अकाल पुरख वाहेगुरु परमात्मा के घर के नाल लीला रचाई उन्होंने गुरमति उन्होंने गुड़ती मिली तो ऐसा उन्होंने प्रेम गुरबाणी के नाल पिया इस अस्थान तो ऐसी गुरु अमरदास सच्चे पातशाह जी ने कृपा की है कि लाहौर दियाँ तत्तियां तवियां के उपर बैठ के भी ये कृपा कदे खत्म नहीं हुई। एक विद्वान सज्जन बड़ा वधिया लिखता है कहिंदा भानी का जाया होया भाणा बन सकता है क्योंकि गुरु अमरदास सच्चे पातशाह जी दी बख्शिशा ही इनिया गुरु अर्जन देव सच्चे पातशाह जी के उपर ने। जदों लाहौर की धरती के उपर गुरु अर्जन देव सच्चे पातशाह जी तत्ती तवी के उपर बिठाने के वास्ते चंदू लेके आता है तो चंदू के मन के एक अहंकार है कि मैं तत्ती तवी के उपर गुरु अर्जन देव पातशाह जी बिठा के इन्हों अपनिया ईना बना लवाना। उन्हें हुक्म किया जराद न कह लगा तत्ती तवी नू इन्नी क ज्यादी तत्तियां कीता जावे इहदे कोल तां की इहदे तो दूर भी लंघण वाला कई वारी सोचे कि यह तत्ती तवी दे जेकर लागों की लंघ गया तो कितने साड़ के सवाह ना कर दे। उन्हें भड़कूजे नू आखिया कह लगा रेता इन्नी क ज्यादी तत्ती कीती जावे जदों गुरु अर्जन दे सीस विच इह रेता पवेगी फिर इहनू पता लगेगा कि किन्नी क ज़्यादा वेखांगा किन्ना क ज़्यादा ये गुरु नानक के घर के नाल प्रेम करता है क्योंकि अजे तो गल्लां कर रहा है पर तत्ती तवी ते बिठा के इनू पुछांगा इहदे सीस विच रेता पा के पुछांगा कि की सिखी तेनू प्यारी। हुण गुरु अर्जन देव सच्चे पातशाह जी आए ने उन्होंने सारा दृश्य वेख्या है कि तत्ती तवी नू तत्तियां कीता जा रहा है भड़कूजा रेता नू तत्तियां कर रहा है। गुरु अर्जन देव सच्चे पातशाह जी ने आख्या है कहन लगे चंदू गुरु नानक की सिखी परखनी चाहना है ये तत्ती तवी ते बिठा के कह लगे जेकर गुरु नानक की सिखी परखनी चाहना है ये तत्ती तवी ते बिठा के ते अजे तेरी तत्ती पूरी तवी तत्ती नहीं हुई कृपा करके इनू होर तत्या करके वेख जे गुरु नानक की सिखी परखनी है तां उत्थे एक विद्वान लिखता है कहन लगा चंदू चंद्रा चंद चढ़ाउन लगा लगा पैन के लोत पाओ छेती सूरज ला के पी के रेत ओदी अर्जन गुरु दे सीस विच पाओ छेती सतगुर आए ता हस के कहन लगे लोत पाउन दा तुसां नूं ढंग कोई नहीं पर जो शहीदी रंग अज मंगदी है इस लोह विच जपदा रंग। प्रिंसीपल गंगा सिंह जी लिखते ने कह लगे साई मियाँ मीर जी आए ने पातशाह जी के सीस में रेता पै रही है साई जी दियाँ अखां दे विचों हंझू वग रहे ने
ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੇਖ ਕੇ ਆਖਿਆ ਹੈ, ਕਹਿਣ ਲੱਗੇ ਸਾਈ ਜੀ ਫਿਕਰ ਨਾ ਕਰੋ, ਇਹ ਜਲਾਦ ਲੋਕ ਮੇਰੇ ਸਰੀਰ ਨੂੰ ਤਪਾ ਸਕਦੇ ਨੇ, ਸਰੀਰ ਨੂੰ ਸਾੜ ਸਕਦੇ ਨੇ, ਪਰ ਤੁਸੀਂ ਮੇਰੇ ਸਰੀਰ ਵੱਲ ਨਾ ਝਾਤ ਮਾਰੋ, ਮੇਰੇ ਮਨ ਵੱਲ ਝਾਤ ਮਾਰ ਕੇ ਵੇਖੋ ਜਿਹੜਾ ਗੁਰਬਾਣੀ ਦੇ ਅੰਦਰ ਭਤੀਜਿਆ ਹੋਇਆ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਚਾਰੋਂ ਤਰਫੋਂ ਅੱਗ ਵਰਸੇ, ਸੇਖ ਸੀ ਤਨ ਸ਼ਾਰਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਆ ਹਾਲ ਡਿੱਠਾ ਜਦ ਮੀਆਂ ਜਾਰਦਾ, ਉਹ ਵਿਆਕਲ ਰੋਪਿਆ ਚੀਕਾਂ ਤੇ ਧਾਈ ਮਾਰਦਾ। ਸਤਿਗੁਰ ਹੱਸ ਕੇ ਕਹਿਣ ਲੱਗੇ, ਮੀਆਂ ਛੋਟੋ ਪ੍ਰੀਤੀ ਚਾਮ ਸੇ, ਕੀ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਕਹਿਣ ਲੱਗੇ ਕਿਹੜੀ ਗੱਲ ਹੈ, ਤਨ ਨੂੰ ਤਪਾਇਆ ਜਾ ਰਿਹਾ ਹੈ, ਪਰ ਸਾਈਂ ਜੀ ਸਾਡੇ ਤਨ ਵੱਲ ਝਾਤ ਨਾ ਮਾਰੋ, ਸਾਡੇ ਮਨ ਵੱਲ ਝਾਤ ਮਾਰੋ, ਜਿਹੜਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰਜਾ ਦੇ ਅੰਦਰ ਅਤਿਆ ਹੋਇਆ ਹੈ। ਕਿਉਂਕਿ ਇਹ ਆ ਤੈ ਜਨਮਤ ਗੁਰਮਤ ਬ੍ਰਹਮ ਪਛਾਣੀ, ਜਿਹਨਾਂ ਨੇ ਜਨਮ ਤੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਦਾ ਆਨੰਦ ਮਾਣਿਆ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦਾ 465ਵਾਂ ਪ੍ਰਕਾਸ਼ ਗੁਰਪੁਰਬ ਨਾਨਕ ਨਾਮ ਲੇਵਾ ਸੰਗਤਾਂ ਦੇ ਵੱਲੋਂ ਬੜੇ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਬੈਠਿਆ ਹੋਇਆ ਸੁਣਿਆ ਹੋਇਆ ਸਫਲ ਹੋ ਜਾਵੇ ਅਤੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਦੇ ਨਾਲ ਸਾਡੀ ਬਣ ਆ ਜਾਵੇ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਭਗਵੰਤ ਸਿੰਘ ਜੀ ਸੂਰਵਿੰਡ ਉਹਨਾਂ ਦਾ ਪ੍ਰੀਸ਼ਦ ਜਥਾ ਅੱਧੇ ਘੰਟੇ ਵਾਸਤੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜੇਗਾ ਜੀ। ਅਸੀਂ ਵੀ ਸਤਸੰਗ ਜੀ ਇਸੇ ਤਰ੍ਹਾਂ ਸੇਵਾਵਾਂ ਨਿਭਾ ਰਹੇ ਨੇ। ਗਿਆਨੀ ਬਲਜੀਤ ਸਿੰਘ ਜੀ ਬਗੀਚਾ, ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਦਾ ਇਤਿਹਾਸਕ ਨਗਰ, ਅਤੇ ਗਿਆਨੀ ਗੁਰਚੇਤ ਸਿੰਘ ਦੁੱਬਲੀ ਇਸੇ ਤਰ੍ਹਾਂ ਜਥਾ ਦੇਸ਼ ਵਿਦੇਸ਼ ਵਿੱਚ ਸੇਵਾ ਕਰਦਾ ਹੈ। ਕਿਵੇਂ ਜਦੋਂ ਪਾਤਸ਼ਾਹ ਦਾ ਐਸ ਮੁਕੱਦਸ ਧਰਤੀ 'ਤੇ ਜਨਮ ਹੋਇਆ, ਵਾਜੂ ਮੰਡਲ ਟਹਿਕ ਉੱਠਿਆ, ਧਰਤੀ ਮਹਿਕ ਉੱਠੀ, ਅਤੇ ਕਿਵੇਂ ਵਧਾਈਆਂ ਗੁਰੂ ਰਾਮਦਾਸ ਜੀ ਨੂੰ ਹੇ ਇਉਂ ਮਿਲ। ਜਨਮਿਆ ਜਦ ਗੋਂਦਵਾਲ ਵਿੱਚ ਪਾਨੀ ਦਾ ਲਾਲ ਜੀ, ਨੂਰੀ ਮੁਖੜੇ ਤੇ ਚਮਕੇ ਬਹੁਤਾ ਜਲਾਲ ਜੀ, ਆਇਆ ਪਰਮੇਸ਼ਰ ਬਣ ਕੇ ਧਰਤੀ ਤੇ ਬਹਾਲ ਜੀ, ਜੋ ਵੀ ਆ ਦਰਸ਼ਨ ਕਰਦਾ ਤਪਦੇ ਦਿਲ ਠਾਰਦਾ, ਮੁੱਖੋਂ ਜਸ ਕਰਦਾ ਜਾਵੇ ਪੰਜਵੇਂ ਦਾ ਤਾਰਦਾ, ਮੁੱਖੋਂ ਜਸ ਕਰਦਾ ਜਾਵੇ ਬਣ ਕੇ ਧਰਤੀ ਤੇ ਬਾਲ ਜੀ, ਜੋ ਵੀ ਆ ਦਰਸ਼ਨ ਕਰਦਾ ਤਪਦੇ ਦਿਲ ਠਾਰਦਾ, ਮੁੱਖੋਂ ਜਸ ਕਰਦਾ ਜਾਵੇ ਪੰਜਵੇਂ ਦਾ ਤਾਰਦਾ, ਮੁੱਖੋਂ ਜਸ ਕਰਦਾ ਜਾਵੇ ਧਰਤੀ ਅੱਜ ਗੋਇੰਦਵਾਲ ਦੀ ਮਹਿਕਾ ਖੁਸ਼ਬੋਈਆਂ ਨੇ ਅੰਬਰ ਦੇ ਵਿੱਚੋਂ ਵਰਖਾ ਫੁੱਲਾਂ ਦੀਆਂ ਹੋਈਆਂ ਨੇ, ਆਡਾ ਗਵੰਡੋਂ ਮਾਈਆਂ ਆ ਕੇ ਖਲੋਈਆਂ ਨੇ, ਗਾਉਂਦੇ ਸੀ ਰਾਗ ਦੇਵਤੇ ਗੂੰਜਣ ਸ਼ੈਲਾਈਆਂ ਦੀ, ਧੰਨ ਧੰਨ ਗੁਰੂ ਰਾਮਦਾਸ ਨੂੰ ਮਿਲਣ ਵਧਾਈਆਂ ਦੀ, ਪੰਨੇ
ਤੇ ਵਰਦਾਨ ਜੀ ਚੁੱਕਣਾ ਹੈ ਬੋਝ ਇਸ ਨੇ ਸਾਰੇ ਸੰਸਾਰ ਦਾ ਮੁੱਖੋਂ ਜਸ ਕਰਦਾ ਜਾਵੇ ਪੰਜਵੇਂ ਦਾਤਾਰ ਦਾ ਮੁੱਖੋਂ ਜਸ ਕਰਦਾ ਜਾਵੇ ਖੁਸ਼ਹਾਲ ਨੇ ਵੰਡੇ ਮਠਿਆਈਆਂ ਵਾਲੇ ਭਰ ਭਰ ਕੇ ਥਾਲ ਨੇ ਬਹੁਤਿਆਂ ਵਿੱਚ ਦਿਲਾਂ ਦੇ ਉੱਠਦੇ ਸਵਾਲ ਨੇ ਬਾਲਕੇ ਰੂਪ ਦਾ ਪਿਤਾ ਰੱਬੀ ਅਵਤਾਰ ਦਾ ਮੁੱਖੋਂ ਜਸ ਕਰਦਾ ਜਾਵੇ ਪੰਜਵੇਂ ਦਾਤਾਰ ਦਾ ਸਦੀ ਹਕੀਕ ਹੈ ਉੱਥੇ ਇੱਕ ਪ੍ਰੇਮ ਦਾ ਸਾਗਰ ਠਾਠਾ ਹੈ ਮਾਰਦਾ ਮੁੱਖੋਂ ਜਸ ਕਰਦਾ ਜਾਵੇ ਪੰਜਵੇਂ ਦਾਤਾਰ ਦਾ ਮੁੱਖੋਂ ਜਸ ਕਰਦਾ ਜਾ ਜਾ ਸਕਦੇ ਜੇ ਕਿਉਂਕਿ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਿਉਂਕਿ ਪਿਤਾ ਗਿਆਨੀ ਸਰੂਪ ਸਿੰਘ ਹੋਣਾ ਨੇ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਗੜਵਾਈ ਬਣ ਕੇ ਸਹਿਬ ਬਾਬਾ ਸੋਹਣ ਸਿੰਘ ਹੋਣਾ ਦੀ ਬਾਬੇ ਦਇਆ ਸਿੰਘ ਹੋਣਾ ਦੀ ਸੇਵਾ ਕੀਤੀ ਸੇਵਾ ਉਹਨਾਂ ਕੀਤੀ ਆਨੰਦ ਹੀ ਲੈ ਰਹੇ ਹਾਂ ਇਸ ਕਰਕੇ ਤੁਹਾਡੀ ਬਖਸ਼ਿਸ਼ ਹੈ ਬਰਕਤ ਹੈ ਮਹਾਂਪੁਰਖਾਂ ਦੀ ਤੁਹਾਡਾ ਪਿਆਰ ਹੈ ਪੰਜ ਵਾਰ ਤੁਹਾਡੇ ਬੱਚੇ ਕੈਨੇਡਾ ਜਾ ਕੇ ਆਏ ਅਮਰੀਕਾ ਇੰਗਲੈਂਡ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਆਓ 25 ਮਿੰਟ ਮੇਰਾ ਸਮਾਂ ਬਾਕੀ ਹੈ ਬੜਾ ਚੜ੍ਹਦੀ ਕਲਾ ਵਾਲਾ ਪ੍ਰਸੰਗ ਕਹਿਣਾ ਆਹ ਕੁਝ ਸਨਮਾਨ ਆਇਆ ਹੈ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਇਸ ਇਤਿਹਾਸਕ ਸਥਾਨ ਤੇ ਜਨਮ ਸਥਾਨ ਤੇ ਪਹੁੰਚੀਏ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਮੈਂ ਅਰਦਾਸ ਕਰਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ये पातशाह का पुरब मनाया सफला हो जाए। बाबा जी उन्होंने भी जल्दी है तो मैनू कहिंदे भगवंसिया 5 जुलाई का प्रोग्राम दल भंजन गुर सूरमा वडयोदा बहु परोपकारी वड़े वड़े दलों भाज देने वाले मीरी पीरी के मालक के गुरपुरब से तुसा पहुँचना है। मैं क्या जी सत बचन साधु उपदेश गुरजेसिया नोट कर ला 3 बारी अपना समा ही जे भुल भी जाएगा तो इचों कट लेना सी। इस करके गुरु कृपा करे जी आया महापुरखों वालों वड्डा सन्मान अपने बच्चों का किया गया। श्रोमणी गुरद्वारा प्रबंधक कमेटी के जनरल सकत्र मैंबर श्रोमणी गुरद्वारा प्रबंधक कमेटी पंथक सफा में बड़ा वड्डा योगदान है बई उन्होंने वालों वड्डा सन्मान अपने जी है पुत्रां दा कीता गया धन्यवाद। जदों इहो जी हस्तियां एडे वड्डे समागम ते आउंदियां ते साध संगत जी 4 चन्न लग जांदे ने उन्हां वल्लों 100 नंबर अपने पुत्रां नूं सन्मानित कीता गया। साडे बहुत ही सत्कारयोग गुरद्वारा बौली साहिब दे इस वेले मैनेजर साहब सरदार गुरप्रीत सिंह जी रोटे रोटे पिंड दा नां लिया अणख जाग उठदी है क्योंकि उस क्यों तुहां पुछणा क्यों पंजाब दे पिंड ते 12,000 तों वी तां आ पर सत्संग जी उस पिंड 20वीं सदी के महान योधे बाबा कौम मरदे मिलदा है संत जरनैल सिंह खालसा भिंडरां वाले का जन्म होया गज के आखो सतनाम श्री वाहेगुरु। उस पिंड दे ने साडे मैंबर साहब मैनेजर साहब वड्डा माण कल भी बड़ा सन्मान किया अज भी उन्होंने वालों सन्मान आया है कदरदानी का धन्यवाद। साडे पंथ के महान विद्वान ज्ञानी गुरविंदर सिंह जी कुहाड़का जिन्हां कल 12 पड़ावां ते स्टेज की सेवा निभाई ते विचों संखेप जिहा जीवन महाराज का उस संगत नूं वडमुला इतिहास दसदे रहे ज्ञानी गुरविंदर सिंह जी कुहाड़का कल तो लैके सेवावां निभा रहे उन्हां वल्लों वड्डा माण आया। एक भैण जी कहिंदे ने कि जिवें गुरु अर्जन देव पातशाह का जन्म होया प्रगट होए ते खुशियां मनाईयां पंथ ने ते महाराज अगे अरदास करो मेरी झोली भी महाराज भर दे गज के आखो सतनाम श्री वाहेगुरु। आपां संसारी हाँ आपां दुनियावी हाँ पर इत्थे घाटा कोई नहीं बस लोड़ है जो श्रद्धा कर सेव दे गुर पार उतार नहार ये उन्हां दी अरदास है महाराज चढ़दी कला करे। एक भैण जी अरदास करा गए ने कि हे सच्चे पातशाह साडे घर विच सुख शांति रहे। साडे बहुत ही सत्कार जो सरदार जगीर सिंह जी लालपुरा जिस लालपुरा नगर प्रेम सिंह लालपुरे वर्गे अकाली लीडर होए और उन्होंने इतने मैनेजर साहब की सेवा भी निभाई वड्डा मान सम्मान अपने वीर करके गए ने। सामने बैठे ने सरदार कश्मीर सिंह जी जेडे सिख पंथ के महान कीर्तनीय ज्ञानी राजवीर सिंह जी खडूर साहब वाले एडा वड्डा माण जिस इतिहासिक स्थान नूं मिलिया जेड़ा आवे ना हजूर वो चला जाए खडूर वो उन्होंने नाल तबले ते सेवा निभाउंदे ने क्योंकि बड़ी वड्डी साध संगत ये सेवा है तबले की तबले तो बिना रागी जथा अधूरा है। पिछले साल बड़ा वड्डा एक भाणा वरतिया क्योंकि उन्होंने 3 गुडियां तो साध संगत जी महाराज ने भचंगी बख्शिया भचंगी 9 बरनौ चढ़ती कला अजे 2 दिन का बच्चा सी ते उहदी माता ते इन्हां दी पत्नी चढ़ाई कर गई बड़ा वड्डा भाणा वरतिया। हे गुरु अर्जन देव पातशाह उहनां दा वड्डा दिल है ये भाणे मिठे करके मनने पैंदे ने सच्चे पातशाह उहनां नूं इन्हां दी जिहड़ी धर्म पत्नी है उहनां नूं महाराज चरणां विच निवास बख्शे और परिवार दे सच्चे पातशाह चढ़दी कला करे। हुणे हुणे असीं घरों जल पाणी छक के आए हां धन्नवाद। साडे भाजी सरदार अमरीक सिंह जी उन्हां वल्लों भी वड्डा माण आया कदरदानी दा धन्नवाद गुरदेव पातशाह नदरे रहमत करन। आओ साध संगत फिर गुरु अर्जन देव पातशाह महाराज की इत्थे परवरिश होई गुरमत दियां उन्होंने लोरियां लईयां और हर वेले साध संगत वह बच्चा किन्ना भागा वाला है जिहदे नाना जी धन धन गुरु अमरदास पातशाह जिहदे पिता जी धन धन गुरु रामदास पातशाह गज के आखो सतनाम श्री वाहेगुरु। फिर साध संगत जी जिहड़ा सत्कारयोग माता भानी जी ने एक दिन कहा सी कि ये सच्चे पातशाह जदों गुरु नानक पातशाह महाराज गुरदा गद्दी गुरु अंगद साहब नूं दे गए ते बाबा श्री चंद ते लक्ष्मी दास ने बड़ा उस वेले मन में गुस्सा किया और उन्होंने अपना दुख जाहिर किया कि असीं क्यों वांझे रह गए ते जदों गुरु अंगद साहब गुरदा गद्दी गुरु अमरदास नूं दे गए ते तातू ते दासू ने उस वेले इस गल का गुस्सा किया भी असीं क्यों इस गल तो गद्दी तो वांझे रह गए ते महाराज गाड़ी फिर तुहाडे पुत ने मोहन ते मोहरी ते तुसा गुरता गद्दी गुरु रामदास नूं दे दित्ती है ते मैं चाहुंदी है कि सोटियां दे घर विच रह जाए। महाराज ने आख्या धीए सोटियां दी सोटियां दे घर विच रह जाएगी
तेरा सवाल बड़ा गंभीर है पर याद रखी कुर्बानियां बड़िया देनिया पैणगियां। गज के आखो सतनाम श्री वाहेगुरु। धी ने आख्या दाता ये सारे सुख दुख शरीर के कपड़े ने रल मिल के आप संभाल लवेंगे। हुण गुरु रामदास पातशाह महाराज जदों गद्दी ते बैठे उन्होंने बड़िया बड़िया सेवावां चलाईया गुरु अमरदास के हुक्म नूं अगे साध संगत जी निभाया। कहिंदे इन्हां ही दिनां विच अमृतसर जिस पवित्र नगरी नूं आपां कहिंदे आ तन तन रामदास गुर जिन सिरिया तिने सवारिया पूरी होई करा मात आप सिरजन हारे धारिया। और वह नगरी जिन्हों आप पढ़ते हाँ अमृतसर सतगुर सतवादी जित नहाता कौआ हंस हो है। आओ कल खालसा पार्क नगर कीर्तन में असी एक छंद गया सी ते मेरा इरादा अजो प्रसंग पूरा कर दईए। गुरु रामदास पातशाह महाराज संघासन ते बैठे ने ते गुरु अर्जन देव पातशाह सज्जे बन्ने बह के सारिया सवावां देख रहे कर रहे ने। इन्ने चिर नूं श्री गुरु रामदास पातशाह महाराज जीआं दे सा संजी ताए दे पुत सहारी मल जी महाराज दे कोल आके कहन लगे कि ए सोटी सुल्तान पातशाह साडे उस वेले पुरखियां ने जो समा सी ते तुहाडी सेवा संभालना कीती क्योंकि मैं कल दस्या सी भैणों आ गल हिरदे च वसा लिओ ते साडा सुनाया ते तुहाडा सुनिया सफल हो जाएगा। अज साडे उत्ते कोई माड़ी जी आफत आ जाए ना ते असीं रब नूं लामा देण लग पैंदे आ हाए रब बड़ा नेड़े हो के लड़िया पता नहीं असीं रब दे की मां मारे सी ते रब ने साडे ते भाणे वरताउणे सी। सुनिया गुरु रामदास जी दा जीवन भैणों जदों पंजां सालां दे होए ते गुरु रामदास जी दे माता जी चढ़ाई कर गए। जदों सत्तां सालां दे होए ते पिता जी चढ़ाई कर गए। जिहड़े चाचे ताए सोढ़ी जिदन रामदास जी पैदा होए सन वधाइयां देंदे सन जेठे नूं और इन्हां दे पिता जी नूं सत्कार करदे सन ते जदों माता पिता तुर गए जेठा जतीम हो गया जेठा अनाथ हो गया ते चाचे ताए कहण लगे ओ साडे अखां तों दूर चल जा तू साडा भरा खा गए हो तू साडी भरजाई खा गए हो इस करके तेरी नज़र किते साडे बच्चां नूं ना लग जाए। वह जतीम हो गया बच्चा पर उस बच्चे फिर किन्ने हिरदे विच थां दित्ती ज्ञान ध्यान किश कर्म ना जाना सार ना जाना तेरी सब ते वड्डा सतगुर नानक जिन कल राखी मेरी। नमाणियां दे मान गुरु अमरदास ने उस बच्चे हिरदे विच थां दित्ती। गोइंदवाल की धरती से सेवा का जिहड़ा कुंभ चलता सी एड्डी वड्डी सेवा की सेवक को सेवा बन आई हुकम बूझ परम पद पाई। ये परम पद पाउणी बड़ी औखी है। अज ते महीना की कोई डेरे में आ के कहिंदा बाबा जी गड्डी दे दिओ ते ओह डेरा मैनूं दे दिओ इस तरह नहीं गल्लां बनदियां। लंबी सेवा गुरु रामदास जी ने इत्थे कीती फिर अपनी धी का रिश्ता दिता फिर अपना बना लिया हिरदे विच थां दित्ती। आओ साध संगत हुण गुरु अर्जन देव पातशाह हर हुक्म मनते ने ते की होया कह लगा जी मेरे सपुत्र का विआह आ भतीजे का तुहाडे का विआह आ जे तुसी उत्थे जाओगे तुहानू मैं लाहौर खड़ना है अमृतसर नू तुसी तार रहे हो लाहौर की धरती से भी एक ही आ जाओ। महाराज के दिल में गल्लां आ गई कि उन्हां ही लाहौरिया ने यह आख्या सी जेठिया तू जतीम आ तू अनाथ आ पर अज मैं उस लाहौर में नहीं जावांगा क्योंकि इत्थे संगतां आउंदियां ने जे काबल तो संगत आ गई कंधार तो संगत आ गई कि वह लाहौर जाणगे। हाँ किवें साध संगत जी महाराज मन में सोच रहे ने दलीलां दुहड़ा रहे ने पर इधर सहारी मल आके साध संगत जी पातशाह के सामने गल विच पल्ला पा के की कह रहा है कि महाराज तुहाडे भतीजे का विआह आ ते तुहाडे नाल ही साडी शान बननी है। जिहड़े किते कहिंदे सी जा चले जा जेठिया तू साडा भरा भरजाई खा गए अज समय ने करवट लई गुरु नानक की गद्दी का चौथा छत्र मिलिया ते रिश्तेदारियां नेड़े लगन लग पईआं। सरवण करो जी ओ आके महाराज के दर ते सहारी मल कहिंदा पातशाह तुहानू साडे नाल लाहौर जाणा। ताया जी दा पुत्तर सहारी मल जी गुरु रामदास कोल आया चल जी ओ पुत्तर व्याहुणा कहे और गुरु जी लैके जाणा तुसानू लाहौर गुरु जी ओ ताया जी दा पुत्तर सहारी मल जी गुरु रामदास कोल
ਨਾ ਭਾਵਰ ਗੁਰੂ ਜੀ ਲੈ ਕੇ ਜਾਣਾ ਤੁਸਾਨੂੰ ਲਾਹੌਰ ਗੁਰੂ ਜੀ ਆਓ ਚੱਲ ਸਾਰੇ ਸਾਥ ਤੇ ਸੰਬੰਧੀ ਆਵਣੇ ਚੱਲ ਸਾਰੇ ਸਾਥ ਤੇ ਸੰਬੰਧੀ ਆਵਣੇ ਤੁਸਾਂ ਨਾਲ ਸੱਭੇ लाहौर गुरु जी ओ खुशी खुशी सारे कारज रचावने निपरे तुसाने आपे है चढ़ावने आप जी दे नाल साडी टौर गुरु जी आप जी दे नाल साडी टौर गुरु जी ਸਾਨੂੰ ਲਾਹੌਰ ਗੁਰੂ ਜੀ ਆ ਸੰਗਤਾਂ ਦੇ ਵਿੱਚ ਸਤਿਕਾਰ ਹੋਵੇਗਾ ਸੰਗਤਾਂ ਦੇ ਵਿੱਚ ਸਤਿਕਾਰ ਹੋਵੇਗਾ ਸਪਨਾ ਦੇ ਦਿਲਾਂ ਵਿੱਚ ਪਿਆਰ ਹੋਵੇਗਾ ਹੋ ਤਾਰ ਜੇ ਅਸਾਂ ਦਾ ਜੈ ਉਸਾਰ ਗੁਰੂ ਜੀ ਕਾਰਜ ਅਸਾਂ ਦਾ ਜਾਊ ਸਾਰ ਗੁਰੂ ਜੀ ਲੈ ਕੇ ਜਾਣਾ ਤੁਸਾਂ ਨੂੰ ਲਾਹੌਰ ਗੁਰੂ ਜੀ ਆਓ ਸਾਰੇ ਜਾਗੀ ਉੱਤੇ ਗੁਰਿਆਈ ਸੋਭਦੀ ਆਪ ਜੀ ਦੀ ਵੱਡੀ ਉਡਿਆਈ ਸੋਭਦੀ ਆਓ ਸੀਸ ਉੱਤੇ ਸੋਭਦਾ ਲਾਹੌਰ ਗੁਰੂ ਜੀ ਆਓ ਦਾਸ ਹੈ ਨਿਮਾਣਾ ਅਰਜਾ ਗੁਜ਼ਾਰਦਾ ਗਲ ਪੱਲਾ ਪਾ ਕੇ ਬੇਨਤੀ ਪੁਕਾਰਦਾ ਸੋਢੀਆਂ ਤੋਂ ਤੁਸੀਂ ਸਿਰ ਮਾਰ ਗੁਰੂ ਜੀ ਲੈ ਕੇ ਦਾਣਾ ਤੁਸਾਨੂੰ ਲਾਹੌਰ ਗੁਰੂ ਜੀ ਸਾਨੂੰ ਤਾਂ ਠੀਕ ਹੈ ਆਓ ਕਰਿਓ ਗਰੀਬ ਵੱਲੇਦਾਰ ਗੁਰੂ ਜੀ ਕਰਿਓ ਗਰੀਬ ਵੱਲੇਦਾਰ ਗੁਰੂ ਜੀ ਲੈ ਕੇ ਜਾਣਾ ਤੁਸਾਨੂੰ ਮੈਂ ਲੈ ਕੇ ਜਾਣਾ ਤੁਸਾਨੂੰ ਲਾਹੌਰ ਗੁਰੂ ਜੀ ਸਾਨੂੰ ਮਿਲਿਆ ਸੀ ਅੱਧੇ ਘੰਟੇ ਦਾ ਪਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਗੁਰਮੁਖ ਸਿੰਘ ਜੀ ਲਹੂਕਾ ਪੰਥ ਦੇ ਮਹਾਨ ਵਿਦਵਾਨ ਨੇ ਬੰਤਾ ਸਿੰਘ ਅਤੇ ਜੀਵਾ ਸਿੰਘ ਮੰਡੇ ਪਿੰਡ ਵਾਲੇ ਉਹਨਾਂ ਦੀਆਂ ਜਿੰਨੀਆਂ ਸਟੇਜਾਂ 'ਤੇ ਸਟੇਜ ਦੀ ਸੇਵਾ ਬਾਬਾ ਜੀ ਨਿਭਾਉਂਦੇ ਨੇ ਅਤੇ ਸਾਡੇ ਨਾਲ ਬੜਾ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਉਹ ਕਹਿੰਦੇ ਟਾਈਮ ਤੁਹਾਡਾ ਵੱਧ ਗਿਆ ਡੇਢ ਵਜੇ ਤੱਕ ਐਸਾ ਸਿੰਘ ਜੀ ਘੜੀਆਂ ਵੇਖ ਲਓ ਪੂਰੇ ਡੇਢ ਵਜੇ ਆਪਾਂ ਸਮਾਪਤੀ ਕਰ ਦੇਣੀ ਆ ਅਤੇ ਇਸ ਕਰਕੇ ਤਿੰਨਾਂ ਤਿੰਨਾਂ ਮਿੰਟਾਂ ਦੇ ਮੈਂ ਦੋ ਸ਼ੰਦ ਕਹਿਣੇ ਬਗੀਚਾ ਸਿੰਘ ਮੈਂ ਇੱਧਰੋਂ ਛੇਤੀ ਕਰ ਦੇਣਾ ਤੂੰ ਇੱਧਰੋਂ ਕਰ ਦੇ ਅਤੇ ਸੰਗਤ ਨੇ ਇੱਧਰੋਂ ਛੇਤੀ ਕਰ ਦੇਣੀ ਹੈ ਇਸ ਕਰਕੇ ਬੇਅੰਤ ਬੇਅੰਤ ਮਾਣ ਗੁਰੂ ਦੀਆਂ ਸੰਗਤਾਂ ਸਾਡਾ ਕਰ ਰਹੇ ਹਾਂ ਹਾਂਜੀ ਭਾਅ ਜੀ ਹੁਣੀ ਕਹਿੰਦੇ ਗਿਆਨੀ ਸਰੂਪ ਸਿੰਘ ਅਤੇ ਗਿਆਨੀ ਬਲਦੇਵ ਸਿੰਘ ਛੰਦ ਕਹਿੰਦੇ ਸੀ ਪੁਰਜਾ ਪੁਰਜਾ ਕੱਟ ਮਰੇ
कबू ना छाडे खेत। सुना तो दें पर सतसंग जी जो महाराज की शहीदी का दिन आया ना वो दिन ज्यादा फबदा है। अज के प्रकाश का दिहाड़ा है तो खुशियां का एक पल आप साझे करना है। इस करके मैं करमू वाला साहब चेचे तौर पर कन में कह के गए कि भगवान सिंह जन्म की गल करो तो समा सुहावना बन जाता है। मैं कह सत बचन आओ सतसंग गुरु अमरदास पातशाह गुरु रामदास जी कह लगे पे सहारी मल जी तू जी आया तो गुरु नानक दे इस दर वालों लख लख वधाइया तुसी ये खुशी का ताज रचिया है पर असी हुण लाहौर नहीं जाना साड़ी जिम्मेवारी ज्यादा वध गई है तो असी अपने पुत पृथ्वी चंद नूं भेजांगे। जदों पृथ्वी चंद नूं आवाज मारी पृथ्वी चंद अंदरों कपटी है तो महाराज की गद्दी नूं लोचदा है सेवा नहीं करता पर ये तो उन्हां नूं सेवा मिलती तख्त बहे तख्ते की लाए जिन्हां की प्राणी कोई बंदगी है जिन्हां के अंदर सेवा भावना है। कहिंदा महाराज इत्थे कोई चूने ने पैसे देने आ कोई कितों कार सेवा वाला आ गया सारी जुम्मे तुहाडी उम्र वडेरी होई है ते मैं चाहुंदा है कि आपां महादेव नूं घल दईए। जदों महादेव की गल आई ना ते महादेवां दा महाराज सच दसां ना मैनूं जम्मे की खुशी ना मैनूं मरे की गमी मैं नहीं कितें जाना महाराज मेरे ख्याल मेरी विचारधारा है कि मैं ना खुशियां दे पलों में जाना तो ना गमियां दे पलों में जाना बस मैं अपनी जिंदगी मस्त मौला तौर पर जीनी है तो बाकी गुस्सा ना करो। जदों श्री अर्जन क्योंकि जे गुरु अर्जन नहीं ना बने जदों श्री अर्जन नूं पुछिया तो उस वेले हाथ जोड़ के कहन लगे पातशाह लाहौर ते आ थोड़ी दूर है तुसी किन्निया वी किन्निया कुआं ते मैनू भेज दो हजारां कुआं ते भेज दो मैं उत्थे जाण नूं तैयार हां। इहनू कहिंदे सत बचन साधु उपदेश है। हुण गुरु अर्जन देव जी विआह ते गए बड़ियां खुशियां होईयां कि गुरु अमरदास जी का दोता गुरु रामदास जी का पुत्र आया है ते नाले महाराज ने आख्या हुण बहना नहीं लाहौर दे लागे लागे बड़ा सिखी का प्रचार किया अज कहिंदे पंज छे महीने हो गए ने ते सतसंग जी क्योंकि तुर लग्या पिता जी ने कहता सी कि बेटा जिन्ना चिर तेनों असी सतीए ना जिन्ना चिर तेनों सुनाहा ना कलाईए तू वापस नहीं आना गज के आखो सतनाम श्री वाहेगुरु। हुण पिता गुरु रामदास जी का श्री अर्जन जी ने हुक्म मनना सी ते उहनू हिरदे च वसाउणा है। हुण कहिंदे काफ़ी समा हो गया एक दिन सतसंग जी मन में वराग आया दिल में तड़फ उठी कि मैं अपने पिता नूं मिलण तों छे महीने वांझा हो गया क्योंकि दुख भुख दा ही बड़ा है दुख ताप दा ही बड़ा है दुख संताप दा ही बड़ा है पर कुहाड़का साहब विछोड़े का दुख विद्वाना ने सब तो वड्डा मल्लिया। मैं नहीं कहता गुरु की बाणी कहती बिरहा बिरहा आखी है बिरहा तू सुल्तान फरीदा जिस तन बिरहू ना उपजे सो तन जान मसान। आओ गुरुदेव पातशाह दर्शन करने वास्ते मन में सतसंग जी उन्होंने की संकल्प है चिट्ठिया किवें लिखते ने जथा इउं बयान कई महीने गुजर गए ना कोई सुने श्री अर्जन जी दा हिरदा बिरह अंदर गारिया लिखण चिट्ठी ए विछोड़ा दिल मेरे नू नोटदा तेरे दीदारिया नू दिल मेरा लोचदा कई महीने गुजर गए ना कोई सुनेहा
दम लोटदा ओ जप रही है जा परसना तू ही गावंदी किसे नू कुछ पता नहीं कि दिल तेरे नू भावंदी ओ देख दे होए हौसले नू और ना कोई बोटदा तेरे ने एक पावन चिट्ठी लिखी ते चिट्ठी तुसी सरवण करदे रहिंदे हो शब्द हजारियां विच मेरा मन लोचै गुर दर्शन ताई बिलप करै चादर की न्याई तिरखा ना उतरै शांत ना आवै बिन दर्शन संत प्यारे जियो हां भोली जियो भोल कमाई गुर दर्शन संत प्यारे जी ते जदों चिट्ठी लैके लाहौर तो एक सिख गया ते कपटी ते अंदरों ਸਾ ਸਿੰਘ ਜੀ ਗੁਰੂ ਕਰਨਾ ਈਰਖਾ ਗੁਰੂ ਅਰਜਨ ਦੇਵ ਨਾਲ ਰੱਖਣ ਵਾਲਾ ਸਕਾ ਭਰਾ ਪਿਰਥੀ ਚੰਦ ਨੇ ਚਿੱਠੀ ਗੁਰੂ ਰਾਮਦਾਸ ਜੀ ਤੱਕ ਪਹੁੰਚਣ ਨਾ ਦਿੱਤੀ ਤੇ ਜਦੋਂ ਫਿਰ ਮੇਰੇ ਗੁਰਦੇਵ ਨੂੰ ਚਿੱਠੀ ਨਾ ਪਹੁੰਚੀ ਤੇ ਸਤਿਕਾਰਯੋਗ ਸਾ ਸਿੰਘ ਜੀ ਇੱਕ ਚਿੱਠੀ ਹੋਰ ਲਿਖੀ ਤੇਰਾ ਮੁੱਖ ਸਹਾਵਾ ਜੀਉ ਸਹਿਜ ਤਨ ਬਾਣੀ ਸਹਿਜ ਧੁਨ ਬਾਣੀ ਚਿਰ ਹੋਵਾ ਦੇ ਕੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਲਾਹੌਰ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਲਿਖਿਆ ਹੋਇਆ ਪਦਾ ਦਿੱਤਾ ਤੇ ਕਹਿੰਦੇ ਨੇ ਅੰਦਰੋਂ ਈਰਖਾ ਰੱਖਣ ਵਾਲਾ ਦੁਈ ਦਵੈਤ ਰੱਖਣ ਵਾਲਾ ਇੱਕ ਦਿਨ ਸਾਨੂੰ ਮੈਜਰ ਸਾਹਿਬ ਇੱਕ ਵੀਰ ਕਹਿੰਦਾ ਕਹਿੰਦਾ ਗੁਰੂ ਰਾਮਦਾਸ ਜੀ ਦਾ ਸੁਪੁੱਤਰ ਹੋਵੇ ਤੇ ਉਹਦੇ ਅੰਦਰ ਈਰਖਾ ਕਿਵੇਂ ਆ ਗਈ ਮੈਂ ਕਹਿ ਪਤਾ ਨਹੀਂ ਅੰਮ੍ਰਿਤ ਵਿੱਚ ਜ਼ਹਿਰ ਕਦੋਂ ਪੈਦਾ ਹੋ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਹੁਣ ਗੁਰਦੇਵ ਪਾਤਸ਼ਾਹ ਨੇ ਤੀਸਰੀ ਚਿੱਠੀ ਲਿਖੀ ਹੈ ਤੇ ਇਹ ਗੱਲ ਆਖੀ ਮਿੱਤਰਾ ਪਿਆਰਿਆ ਇਹ ਚਿੱਠੀ ਹੁਣ ਮੈਨੇਜਰ ਸਾਹਿਬ ਆ ਗਏ ਘਾੜਕਾ ਸਾਹਿਬ ਬਹਿ ਜਾਓ ਇੱਕ ਕਵਿਤਾ ਤਿੰਨਾਂ ਕੁ ਮਿੰਟਾਂ ਦੀ ਕਹਿ ਲਈਏ ਕਿਉਂਕਿ ਆਨੰਦ ਬੜਾ ਬਣਿਆ ਤੇ ਮੈਨੇਜਰ ਸਾਹਿਬ ਵੀ ਕ੍ਰਿਸ਼ਨੀ ਕਲਾ ਨਾਲ ਬੜਾ ਪਿਆਰ ਕਰਦੇ ਨੇ ਪਹਿਲੀ ਵਾਰ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਪੰਜੋਖਰਾ ਸਾਹਿਬ ਦੀ ਧਰਤੀ ਤੇ ਮੈਨੇਜਰ ਸਾਹਿਬ ਹੋਣਾਂ ਨੇ ਸਾਨੂੰ ਸੁਣਿਆ ਸੀ ਤੇ ਇੰਨਾ ਵੱਡਾ ਮਾਣ ਉਦੋਂ ਦਾ ਹੀ ਇਹ ਪਿਆਰ ਟੁੱਟਾ ਨਹੀਂ ਅਰਦਾਸ ਹੈ ਇਸੇ ਤਰ੍ਹਾਂ ਇਹ ਪਿਆਰ ਬਣਿਆ ਰਵੇ ਗੁਰੂ ਪਾਤਸ਼ਾਹ ਨਦਰੇ ਰਹਿਮਤ ਕਰਨ ਹੁਣ ਮੇਰੇ ਗੁਰਦੇਵ ਪਾਤਸ਼ਾਹ ਨੇ ਉਹ ਜਿਹੜੀ ਤੀਸਰੀ ਚਿੱਠੀ ਲਿਖੀ ਤੇ ਉਸ ਮੇਵੜੇ ਨੂੰ ਕਿਹਾ ਸ਼ਰਧਾਲੂ ਸਿੱਖ ਨੂੰ ਕਿਹਾ ਵੀ ਜਦੋਂ ਮੇਰਾ ਵੱਡਾ ਭਰਾ ਪਿਰਥੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਸੋਢੀ ਸੁਲਤਾਨ ਦੇ ਲਾਗੇ ਖਲੋਤਾ ਹੋਇਆ ਉਦੋਂ ਇਹ ਚਿੱਠੀ ਨਹੀਂ ਦੇਣੀ ਜਦੋਂ ਮਾੜਾ ਜਿਹਾ ਗਾਂਹ ਪਿਛਾਂ ਹੋਇਆ ਤੇ ਚਿੱਠੀ ਸਿੱਧੀ ਜਾ ਕੇ ਸਾਡੇ ਪਿਤਾ ਪਰਮੇਸ਼ਰ ਦਿਆਲੂ ਕਿਰਪਾਲੂ ਏਡੇ ਵੱਡੇ ਸ਼ਹਿਨਸ਼ਾਹ ਗੁਰੂ ਰਾਮਦਾਸ ਜੀ ਨੂੰ ਇਹ ਚਿੱਠੀ ਫੜਾਉਣੀ ਹੈ ਸਰਵਣ ਕਰੋ ਸਾਧ ਸੰਗਤ ਉਹਨਾਂ ਚਿੱਠੀਆਂ ਦੋਵਾਂ ਦਾ ਵਰਣਨ ਚਿੱਠੀਆਂ ਤੇ ਕੀ ਲਿਖਿਆ ਹੈ ਤਿੰਨਾਂ ਕੁ ਮਿੰਟਾਂ ਦੀ ਕਵਿਤਾ ਕਹਿ ਕੇ ਫਿਰ ਆਪਾਂ ਸਮਾਪਤੀ ਕਰੋ ਦੋ ਚਿੱਠੀਆਂ ਲਾਹੌਰ ਤੋਂ ਸਿਪਾਹੀਆਂ ਪਿਰਥੀ ਚੰਦ ਨੇ ਲਗੋਲੀਆਂ ਤੀਜੀ ਚਿੱਠੀ ਜੀ ਮਿਠਾਸ ਦੀਆਂ ਚਾਸਾਂ ਸ੍ਰੀ ਅਰਜਨ ਜੀ ਨੇ ਖੋਲੀਆਂ ਲਹਿਰਾਂ ਹੋ ਗਈਆਂ ਰਾਗ ਦੀਆਂ ਡੂੰਘੀਆਂ
समान दापदी पिया प्रेम दिया तंग पाइया चेतरू तप दम है चितारदा मिल मैरमा जुदाइया का तो पाइया उका दिल है प्यार दा तेरे दिल नू जोग तेरा पीड़ा हाथ ना किसे भी माप दी एक कड़ी डो विशो सिद्धि जाके श्री अर्जुन पातशाह दे हुक्म नाल गुरु रामदास जी दे हथां विच फड़ाई ते साध संगत एक घड़ी ना मिलते तां कलयुग होता हुण कद मिलिए प्रेतुत भगवंता मोह रह ना भावे नींद ना आवे बिन देखे गुर दरबारे जियो हाँ कोली जियो कोल कमाई गुर सच्चे गुरु दरबारे जियो ऐसी पातशाह महाराज का पावन पवित्र इतिहास है। इन्हां कुछ कहिंदे हुए खम्मां दे जाजकां दीन दुनिया के मालक धन धन श्री गुरु ग्रंथ साहिब पातशाह महाराज जी का
गुरुद्वारा साहब के मैनेजर सरदार गुरप्रीत सिंह जी रोडे जिन्हें कल नगर कीर्तन में भी अपने वीरां बड़ा सन्मान दिता तो अज फिर एक घंटा समा बख्श के सानू भागा वाले बना दिता तो नाल ही गुरुद्वारा साहब के हैड ग्रंथी ज्ञानी गुरमुख सिंह जी लौका बड़ा चढ़दी कला वाला नगर थोड़े दरों इन्होंने नगर असी दीवान ला के आए बड़ा संगत ने सन्मान किया उन्होंने बड़ा प्यार कल का बख्शिया है। तो अगला प्रोग्राम ज्ञानी गुरविंदर सिंह कुहाड़का जो वड्डियां वड्डियां शताब्दियां आउंदियां ने फिर इन्हों स्टेज की उत्ते सेवा मिलती है और चढ़ती कला के नाल सवावा निभाते हैं उन्होंने भी कल भी बड़ा प्यार किया अज भी बड़ा प्यार किया जिन्हां संगतां गुरु अर्जन देव पातशाह के प्रकाश पुरब प्रगट दिवस से आईया है सारिया की चढ़ती कला वास्ते आओ एक मैं अरदास करा सारिया दी भावना संपूर्ण हो जाए आखो नानक नाम चढ़ती कला तेरे भाणे सरबत का भला साढ़े साउंड वाले वीर का टीवी चैनल वाले वीर जिहड़े सारे इस प्रोग्राम नूं वर्ल्ड विच पहुँचा रहे हैं इन्हों महाराज तरक्की बख्शे साढ़े पत्रकार साहबान सारिया गतिविधियां इस इलाके दियां अखबारों राही टीवी राही दसते हैं इन्हों का भी धन्यवाद। फतेह बुलाओ जी भगवंत सिंह के जथे नूं वाहेगुरु जी का खालसा वाहेगुरु जी की वाहेगुरु जी का खालसा वाहेगुरु जी की फतेह। बहुत बहुत धन्यवाद दे ज्ञानी भगवंत सिंह सूरविंद उन्होंने कविशर जथे का जिन्होंने आप संगतान गुरु अमरदास सच्चे पातशाह गुरु अर्जन देव सच्चे पातशाह जी उन्होंने घर दियाँ कथा कहानियां आप संगतान सरवण करवाइया है हुण इत्थे दीवान की समाप्ति है। समूह साध संगत का तहे दिल तो धन्यवाद जिन्होंने सवेर वेले तो ही गुरु दरबार के अंदर पहुँच करके दीवान हाल के अंदर आ करके बैठ करके गुरु घर दियाँ खुशियां प्राप्त कीतियां है जिथे समूह साध संगत का धन्यवाद उत्थे ही मेरे अति सत्कारयोग वीर भाई भगवंत सिंह जी धौन वो भी साढ़े कोल पहुँचे ने उन्हां दा भी हार्दिक तौर पर धन्यवाद है। समूह साध संगत का धन्यवाद इतों के जो समूह प्रबंधक जन ने उन्हों का भी तय दिल तो धन्यवाद जिन्होंने कल तो ही तन मन धन करके कल तो सेवावां निभा रहे हैं अब भी बड़े सच्चे तरीके दे नाल उन्होंने सारिया वीर ने लंगर के अंदर दीवान के अंदर सेवावां निभाइया ने। समूह साध संगत का धन्यवाद मैनेजर सरदार गुरप्रीत सिंह जी रोडे मीत मैनेजर भाई सरबजीत सिंह जी मुंडा पिंड उन्हां दी समुची टीम का हैड ग्रंथी भाई गुरमुख सिंह जी लौका उन्हां दा तहे दिल तो धन्यवाद। समूह साध संगत का धन्यवाद उत्थे ही कोई चेचे तौर पर धन्यवाद दे जो श्री सुखमणी साहब सेवा सोसायटी वाले वीर जिन्हां ने कल भी तन मन धन करके नगर कीर्तन के अंदर सेवावां निभाईआं ने अज भी उन्होंने तन मन धन करके सवेर तो ही सेवा निभा रहे हैं। समूह साध संगत का धन्यवाद अंत में समूह साध संगत को फिर पंजवें नानक साहिब श्री गुरु अर्जन देव सच्चे पातशाह जी के 459वें प्रकाश गुरपुरब की लख लख वधाई हो गुरु पातशाह जी कृपा कर साडा ये गुरपुरब मनाए हुए सफल हो जाए उस एक अकाल पुरख वाहिगुरु परमात्मा के घर के नाल साडी वण आ जाए। हुण बाबा जी आप जी नूं छे पौड़ियां अनंद साहिब जी का जाप सरवण करवाउणगे उपरंत अरदास बेनती होवेगी हुक्म होवेगा प्राप प्रसाद की देख वरताई जाएगी जी। सवेर वेले तो ही दास के कोलों दास के साथियों के कोलों बोलदे आ कि अनेक प्रकार दीआं गलतियां हो गईआं ने गुरु अते गुरु दे संग सबक्ष बिंदर पुछ लैणा अंत विच बुलाओ फतेह आखो जी वाहेगुरु जी का खालसा वाहेगुरु जी की फतेह।